ਦੋਸਤੋ, ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਸੁਭਾਸ਼ ਗੋਇਲ ਹੈਲਥ ਸ਼ੋਅ ਦੇ ਵਿੱਚ ਪੂਰਾ ਪੰਜਾਬੀ ਕਲਚਰ ਆਪਾਂ ਨੇ ਤੁੰਨ ਤੁੰਨ ਕੇ ਭਰਿਆ ਹੋਇਆ, ਅਤੇ ਇਸੇ ਤਰ੍ਹਾਂ ਅੱਜ ਇੱਕ ਬੜੀ ਵਧੀਆ ਗੱਲ ਯਾਦ ਆਈ ਆ ਕਿ ਜਦੋਂ ਆਪਣੇ ਪਹਿਲਾਂ ਪਿੰਡਾਂ ਦੇ ਵਿੱਚ ਵਿਆਹ ਹੁੰਦੇ ਸੀ, ਹੁਣ ਵੀ ਬੜੇ ਉਸੇ ਤਰ੍ਹਾਂ ਦੇ ਵਿਆਹ ਹੁੰਦੇ ਨੇ, ਹੁਣ ਜਾਣੀ ਕਿ ਕੋਸ਼ਿਸ਼ ਕਰਦੇ ਨੇ ਲੋਕ ਉੱਦਾਂ ਦੇ ਵਿਆਹ ਕਰਨ ਦੀ, ਪਹਿਲਾਂ ਹੁੰਦੇ ਹੀ ਸੀ, ਅਤੇ ਉਹਨਾਂ ਵਿਆਹਾਂ ਦੇ ਵਿੱਚ ਜਦੋਂ ਸਾਡੀਆਂ ਬੀਬੀਆਂ ਮਾਤਾ ਭੈਣਾਂ ਇਕੱਠੀਆਂ ਹੋ ਕੇ ਬਹਿੰਦੀਆਂ ਸੀ, ਗੱਭੇ ਢੋਲਕੀ ਰੱਖ ਕੇ ਉੱਤੇ ਚਮਚਾ ਖੜਕਿਆ ਕਰਦਾ ਸੀ, ਉਦੋਂ ਇੱਕ ਬੋਲੀ ਪੈਂਦੀ ਸੀ, ਮੈਣਾ ਬਹਿੰਦੀ ਮੈਣਾ ਬਹਿੰਦੀ ਮੈਣਾ ਬਹਿੰਦੀ ਵੇ ਤੇਰੇ ਬਾਜਰੇ ਦੀ ਰਾਖੀ। ਅੱਜ ਸੁਭਾਸ਼ ਗੋਇਲ ਹੈਲਥ ਸ਼ੋਅ ਦੇ ਵਿੱਚ ਰਾਖੀ ਖੁਦ ਆਈ ਹੋਈ ਹੈ, ਰਾਖੀ ਇੱਥੇ ਆਏ ਨੇ ਤੇ ਬਾਜਰਾ ਵਿੱਚ ਚਿੜੀਆਂ ਨੇ ਖਾਇਆ ਸਾਰਾ। ਬਹੁਤ ਬਹੁਤ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਸਭ ਦਾ, ਥੈਂਕ ਯੂ ਸੋ ਮਚ। ਤੇ ਇਹ ਜਿਹੜਾ ਸ਼ੋਅ ਹੈ ਨਾ ਜੀ, ਇਹਦੇ ਵਿੱਚ ਹਰ ਕਲਾਕਾਰ ਦਾ ਹੱਕ ਬਣਦਾ ਕਿ ਉਹ ਆ ਕੇ ਆਪਦੀ ਗੱਲ ਕਰੇ, ਕਿਉਂਕਿ ਇਹ ਸ਼ੋਅ ਹੀ ਮਤਲਬ ਸਪੈਸ਼ਲੀ ਬਣਿਆ ਕਿ ਜਿਹੜੇ ਪੰਜਾਬ ਦੇ ਵਿੱਚ ਰਹਿੰਦੇ ਲੋਕ ਆ ਉਹਨਾਂ ਨੂੰ ਮਤਲਬ ਕਿ ਉਹਨਾਂ ਦੀ ਸਿਹਤ ਦੀ ਰਾਖੀ ਕਿਵੇਂ ਕੀਤੀ ਜਾਵੇ, ਤਾਂ ਅੱਜ ਉਹਦੇ 'ਤੇ ਥੋੜ੍ਹੀਆਂ ਬਹੁਤੀਆਂ ਗੱਲਾਂ ਬਾਤਾਂ ਵੀ ਕਰਾਂਗੇ। ਹੋ ਸਕਦਾ ਆਉਣ ਵਾਲੇ ਸਮੇਂ 'ਚ ਤੁਸੀਂ ਸ਼ੋਅ ਕਰ ਰਹੇ ਹੋਵੋ ਕਲਾਕਾਰੀ ਦੇ ਫਿਲਮਾਂ ਦੇ ਵਿੱਚ ਆ ਰਹੇ ਹੋ ਹੀਰੋ, ਅਤੇ ਅਸੀਂ ਆ ਕੇ ਨੁਕਸੇ ਦੱਸਦੇ ਹੋਈਏ, ਇਹ ਵੀ ਹੋ ਸਕਦਾ। ਹਾਂਜੀ ਹਾਂਜੀ, ਇਹ ਵੀ ਹੋ ਸਕਦਾ, ਜਿਹੜਾ ਬੰਦਾ ਜ਼ਿਆਦਾ ਬਿਮਾਰ ਰਹਿੰਦਾ ਉਹ ਅੱਧਾ ਡਾਕਟਰ ਬਣ ਜਾਂਦਾ। ਉਹ ਜਿਵੇਂ ਭਗਵੰਤ ਮਾਨ ਦਾ ਇੱਕ ਚੁਟਕਲਾ ਆਉਂਦਾ ਹੁੰਦਾ ਮਾਨ ਸਾਹਿਬ ਦਾ, ਵੀ ਕਿਤੇ ਐਂ ਨਾ ਹੋਵੇ ਵੀ ਮੁਰਗੀ ਪਰਚਾ ਦੇਣ ਗਈ ਹੋਵੇ ਅਤੇ ਉਹ ਘਰੇ ਅੰਡੇ ਦੇਈ ਜਾਵੇ। ਕਲਚਰ ਵਾਲੇ ਜਿਵੇਂ ਐਗਰੀਕਲਚਰ ਕਰਦੇ ਤੇ ਐਗਰੀਕਲਚਰ ਵਾਲੇ ਕਲਚਰ ਕਰਦੇ ਨੇ। ਪਹਿਲਾਂ ਤਾਂ ਬਹੁਤ ਵਧੀਆ ਲੱਗਦਾ ਹੈ ਕਿ ਜਦੋਂ ਤੁਸੀਂ ਕੋਈ ਵੀ ਦੇਖਦੇ ਹੋ ਤੁਹਾਡਾ, ਉਨੇ ਹੀ ਤੁਸੀਂ ਹਿੱਟ ਹੋ ਜਿੰਨਾ ਕੋਈ ਸੈਲੀਬ੍ਰਿਟੀ ਪੂਰੀ ਦੁਨੀਆ ਦੇ ਵਿੱਚ ਜਾਣੇ ਜਾਂਦੇ ਨੇ। ਕਿਆ ਬਾਤ, ਇਹ ਜਿਹੜੀ ਤੁਸੀਂ ਵੀਡੀਓ ਪਾਉਂਦੇ ਹੋ ਅਤੇ ਉਹ ਬੜਾ ਫਾਇਦਾ ਹੁੰਦਾ ਉਹਦਾ ਸਭ ਨੂੰ। ਅਤੇ ਅੱਜ ਅਸੀਂ ਇੱਕ ਗੱਲ ਜੇ ਕਰੀਏ, ਮੈਂ ਹੁਣ ਜਿਵੇਂ ਅਮੈਰੀਕਾ ਤੋਂ ਆਇਆ, ਆਪਾਂ ਸਾਰੇ ਵੈਸੇ ਤਾਂ ਸਾਰੇ ਹੀ ਜਾਣਦੇ ਇੱਕ ਦੂਜੇ ਨਾ ਜੀ। ਪਹਿਲਾਂ ਇਹ ਹੁੰਦਾ ਸੀ ਥਕਾਵਟ ਹੁੰਦੀ, ਬੰਦਾ 40-45 ਸਾਲ ਦਾ ਹੋ ਗਿਆ, ਬੰਦਾ ਸਿਰਫ ਕੰਮ ਕਰ ਲਿਆ, ਥੱਕ ਗਿਆ, ਬੜੀ ਐਕਟਿਵ ਰਹਿੰਦੇ ਸੀ ਬੰਦੇ। ਅਤੇ ਹੁਣ ਅਸੀਂ 45-46 ਸਾਲ ਦੀ ਗੱਲ ਛੱਡੋ, 18-20-22 ਸਾਲ ਦੇ ਨਿਆਣੇ ਜਿਹੜੇ ਨੇ ਉਹ ਚਾਰ ਕਦਮ ਚੱਲਦੇ ਨੇ, ਥੱਕ ਜਾਂਦੇ ਨੇ, ਫਿਜ਼ੀਕਲ ਤਾਂ ਜਿਹੜੀ ਆ ਵੀਕਨੈਸ ਆ ਉਹ ਪਤਾ ਹੀ ਨਹੀਂ ਕਿੱਥੋਂ ਆਈ ਜਾਂਦੀ। ਇਹਦੇ ਪਹਿਲਾਂ ਕਾਰਨ ਕੀ ਹੈ? ਇਹ ਨਾ ਕੁਛ ਵੀ ਨਹੀਂ ਹੈਗਾ ਕਾਰਨ, ਕੋਈ ਵੱਡੀ ਗੱਲ ਨਹੀਂ ਹੈ, ਇਹ ਕੁਛ ਚੀਜ਼ਾਂ ਜੈਨੇਟਿਕ ਨੇ। ਜਿਵੇਂ ਹੁਣ ਆਪਣੇ ਪਿੰਡਾਂ ਦੇ ਵਿੱਚੋਂ ਹਾਰੇ ਖਤਮ ਹੋ ਗਏ, ਮਿੱਟੀ ਦੇ ਚੁੱਲ੍ਹੇ ਖਤਮ ਹੋ ਗਏ, ਕਾੜ੍ਹਨੀ ਦੇ ਦੁੱਧ ਖਤਮ ਹੋ ਗਏ, ਠੀਕ ਆ ਹੁਣ ਗੱਲਾਂ ਬਾਤਾਂ ਹੋਰ ਨੇ, ਪਰ ਇਹ ਹੈ ਕਿ ਆਰਟੀਫਿਸ਼ਲ ਅਤੇ ਓਰਿਜਨੈਲਿਟੀ ਬੜਾ ਫਰਕ ਆ। ਹੁਣ ਇੱਕ ਤਾਂ ਤੁਸੀਂ ਮਿੱਟੀ ਦੇ ਵਿੱਚ ਲੇਟਣਾ ਨੰਗੇ ਹੋ ਕੇ, ਉਦੋਂ ਬਾਅਦ ਸੂਏ 'ਚ ਮਾਰਨੀ ਛਾਲ, ਮਿੱਟੀ 'ਚ ਲੇਟਣਾ ਅਤੇ ਸੂਏ ਦੇ ਵਿੱਚ ਜਾ ਕੇ ਛਾਲਾਂ ਮਾਰਨੀਆਂ, ਮੱਝ ਦੀ ਪਿੱਠ ਤੇ ਬਹਿ ਕੇ ਟੋਬੇ 'ਚ ਵੜ ਜਾਣਾ, ਹੈ ਜੀ। ਇੱਕ ਤਾਂ ਉਹ ਹੁੰਦਾ ਸੀ ਸਾਡਾ, ਜਿਹੜਾ ਸਵਿਮਿੰਗ ਪੂਲ ਹੁੰਦਾ ਸੀ ਸਾਡਾ, ਮੱਡ ਬਾਥ ਹੁੰਦਾ ਸੀ, ਤੇ ਇੱਕ ਹੁਣ ਅਸੀਂ ਪੈਸੇ ਦੇ ਕੇ ਕਰਦੇ ਹਾਂ ਉਹ ਆਰਟੀਫਿਸ਼ਲ ਆ। ਤਾਂ ਇਸ ਕਰਕੇ ਬਹੁਤ ਚੀਜ਼ਾਂ 'ਚ ਫਰਕ ਆ, ਬਟ ਇਹ ਹੈ ਕਿ ਅੱਜ ਦੇ ਬੱਚੇ ਵੀ ਸਾਡੇ ਬਹੁਤ ਐਨਰਜੈਟਿਕ ਨੇ, ਉਹਨਾਂ ਨੂੰ ਜਿੰਨੀ ਕੁ ਐਨਰਜੀ ਦੀ ਲੋੜ ਆ ਉਨੀ ਕੁ ਐਨਰਜੀ ਲੈਂਦੇ ਆ, ਨਹੀਂ ਲੋੜ ਤੇ ਨਾ ਸੀ, ਤੇ ਆਪਾਂ ਕੁਛ ਹੋਰ ਮਾਹੌਲ 'ਚ ਜੰਮੇ ਪਲੇ ਹੋਏ ਹਾਂ। ਅਤੇ ਇਸ ਕਰਕੇ ਨਾ ਅੱਜ ਦੀ ਜਿਹੜੀ ਯੂਥ ਹੈ ਉਹਨੂੰ ਥੋੜ੍ਹਾ ਜਿਹਾ ਤਾਂ ਲੇਜ਼ੀਨੈਸ ਆ ਗਿਆ, ਇਸ ਕਰਕੇ ਕਿ ਉਹ ਸਾਰਾ ਦਿਨ ਮੋਬਾਈਲ 'ਤੇ ਆ, ਕੁਛ ਬਹੁਤ ਸਾਰਾ ਇਨਕਮ ਸੋਰਸ ਜਿਹੜਾ ਉਹਨਾਂ ਦਾ ਘਰੇ ਬੈਠੇ ਹੋ ਗਿਆ, ਕੁਛ ਜਿਵੇਂ ਕਰੋਨਾ ਕਾਲ ਦਾ ਸਮਾਂ ਲੰਘ ਕੇ ਗਿਆ ਉਦੋਂ ਬਹੁਤ ਸਾਰੇ ਲੋਕਾਂ ਨੂੰ ਇੱਕ ਨਵੀਂ ਗੱਲ ਸਿਖਾ ਗਿਆ, ਉਹ ਵਰਕ ਐਟ ਹੋਮ, ਘਰੇ ਬਹਿ ਕੇ ਕੰਮ ਕਰੋ, ਹਾਂ ਉਹ ਵੀ ਹਿੱਲਣੋਂ ਹਟ ਗਏ। ਤਾਂ ਇਸ ਕਰਕੇ ਨਾ ਥੋੜ੍ਹੀ ਥੋੜ੍ਹੀ ਚੀਜ਼ਾਂ ਨੇ। ਅੱਛਾ, ਇਹਦੇ ਵਾਸਤੇ ਬਹੁਤ ਛੋਟੀ ਛੋਟੀ ਗੱਲਾਂ ਦਾ ਖਿਆਲ ਅਗਰ ਰੱਖਿਆ ਜਾਵੇ, ਜਿਵੇਂ ਮੰਨ ਲਓ ਮੈਂ ਤੁਹਾਨੂੰ ਸਾਰੇ ਜਿੰਨੇ ਵੀ ਸਾਡੇ ਦਰਸ਼ਕ ਵੀ ਦੇਖਦੇ ਆ, ਮੈਂ ਅਕਸਰ ਕਹਿੰਦਾ ਰਹਿੰਦਾ ਕਿ ਛੋਟੀਆਂ ਛੋਟੀਆਂ ਗੱਲਾਂ ਜਿਵੇਂ ਇੱਕ ਅਖਰੋਟ ਲੈ ਲਓ ਤੇ ਪੰਜ ਬਦਾਮ ਲੈ ਲਓ, ਪੰਜ ਕਿਸ਼ਮਿਸ਼ ਲੈ ਲਓ,
ਉਹਦੇ ਵਿੱਚ ਇੱਕ ਅੰਜੀਰ ਪਾ ਲਓ। ਇਹ ਚਾਰ ਚੀਜ਼ਾਂ ਰਾਤ ਨੂੰ ਬਾਊਲ ਦੇ ਵਿੱਚ ਭਿਓ ਕੇ ਰੱਖ ਦਿਓ, ਸਵੇਰੇ ਉੱਠ ਕੇ ਪਾਣੀ ਗੇੜ ਦਿਓ, ਉਹਨਾਂ ਨੂੰ ਚੱਬ ਚੱਬ ਕੇ ਖਾ ਲਓ। ਉਹਦਾ ਕੀ ਹੈ ਕਿ ਤੁਸੀਂ ਬਸ ਇਹ ਧਿਆਨ ਰੱਖਿਓ ਕਿ ਗੋਇਲ ਸਾਹਿਬ ਨੇ ਜੇ ਕਹਿਤਾ ਇੱਕ ਅਖਰੋਟ ਤਾਂ ਇੱਕੋ ਹੀ ਪਾਉਣਾ, ਫਿਰ ਉਹ 'ਚ ਦੋ ਚਾਰ ਨਾ ਪਾਓ। ਕਿਉਂ ਜਦੋਂ ਤੁਸੀਂ ਇੱਕ ਅਖਰੋਟ ਰੋਜ਼ ਖਾਓਗੇ 365 ਦਿਨਾਂ 'ਚ 365 ਅਖਰੋਟ ਖਾ ਕੇ ਤੁਸੀਂ ਵਜ਼ਨ ਕਰਕੇ ਦੇਖਿਓ, ਬਾਡੀ ਵੇਟ ਆ ਜਾਂਦਾ। ਅਤੇ ਮਤਲਬ ਉਹ ਜਿਹੜੀ ਚੀਜ਼ ਹੈ ਨਾ ਜੀ, ਉਹਨੇ ਤੁਹਾਡੀ ਬਾਡੀ ਦੇ ਵਿੱਚ ਹਰ ਤਰ੍ਹਾਂ ਦੇ ਮਿਨਰਲਸ ਵਿਟਾਮਿਨਸ ਪੂਰੇ ਕਰਨੇ ਆ। ਫਿਰ ਜਿਹੜਾ ਅੰਜੀਰ ਹੈ, ਅੰਜੀਰ ਤੁਹਾਡੇ ਪੇਟ ਨੂੰ ਸਾਫ਼ ਰੱਖਦਾ, ਤੁਹਾਡੀ ਜੰਜੀਰ ਨੂੰ ਮਜ਼ਬੂਤ ਰੱਖਦਾ। ਹੁਣ ਦੇਖੋ ਬਾਡੀ ਦੇ ਵਿੱਚ ਜੰਜੀਰ ਕਿੱਥੇ ਆ? ਰੀੜ੍ਹ ਦੀ ਹੱਡੀ, ਉਹਨੂੰ ਉਹ ਮਜ਼ਬੂਤ ਰੱਖ। ਅਤੇ ਇਹ ਜਿਹੜੀਆਂ ਚੀਜ਼ਾਂ ਨੇ ਲੋਕ ਲੈਂਦੇ ਰਹਿੰਦੇ। ਅੱਛਾ, ਹੁਣ ਸਾਡਾ ਯੂਥ ਬਹੁਤ ਅਵੇਅਰ ਆ ਵੈਸੇ ਤਾਂ, ਉਹ ਬਸ ਇੰਨਾ ਕੁ ਫਰਕ ਹੈ ਵੀ ਉਹਨੂੰ ਥੋੜ੍ਹਾ ਜਿਹਾ ਮਾਡਰਨਾਈਜ਼ ਕੀਤਾ ਜਾਵੇ ਤਾਂ ਉਹ ਲੈ ਕੇ ਤਿਆਰ ਆ ਵੀ ਮੈਨੂੰ ਕੋਈ ਬੋਤਲ ਜੀ 'ਚ ਪਾ ਕੇ ਦੇ ਦਿਉ, ਜੈਮ ਬਣਾ ਕੇ ਦੇ ਦਿਉ, ਐਂ ਦੇ ਦਿਉ। ਖਾਣ ਨੂੰ ਉਹ ਤਿਆਰ ਆ, ਪਰ ਉਹੀ ਚੀਜ਼ ਆ ਵੀ ਅੱਜ ਕੱਲ੍ਹ ਉਹਨੂੰ ਤੁਰੇ ਜਾਂਦੇ ਚਾਹੀਦਾ ਵੀ ਗੱਡੀ ਵੀ ਚਲਾਈ ਜਾਵਾਂ, ਖਾਈ ਵੀ ਜਾਵਾਂ, ਮਤਲਬ ਬੈਠ ਕੇ ਨਹੀਂ। ਜਿਵੇਂ ਇਹ ਤਾਂ ਹੋਈ ਖਾਣ ਪੀਣ ਦੀ ਗੱਲ, ਅਤੇ ਅੱਜ ਕੱਲ੍ਹ ਜਿਵੇਂ ਜੱਗੀ ਜੀ ਮਤਲਬ ਵੀ ਜਿਵੇਂ ਤੁਸੀਂ ਕਿਹਾ ਵਰਕ ਫਰੋਮ ਹੋਮ ਆ, ਤੇ ਬੱਚੇ ਬਾਹਰ ਨਹੀਂ ਨਿਕਲਦੇ ਜਾਂ ਧੁੱਪ ਨਹੀਂ ਲੈਂਦੇ ਜਾਂ ਸੈਰ ਨਹੀਂ ਕਰਦੇ, ਹਨਾ, ਵੀ ਉੱਥੇ ਬਹਿ ਕੇ ਖਾ ਲਿਆ, ਉੱਥੇ ਕੰਮ ਕਰ ਲਿਆ, ਹਨਾ, ਅੰਦਰੋਂ ਅੰਦਰੀ ਇਹ ਵੀ ਮਾਹੌਲ ਦਾ ਫਰਕ ਪੈਂਦਾ ਹੈ ਨਾ। ਬਾਹਰਲੀ ਹਵਾ ਪਾਣੀ ਜਿਹੜੀ ਆਪਾਂ ਹੁੰਦੀ ਸੀ, ਅੱਗੇ ਫਿਲਮਾਂ ਆਉਂਦੀਆਂ ਸੀ ਥੀਏਟਰ ਦੇ ਵਿੱਚ, ਥੀਏਟਰ 'ਚ ਵੀ ਪੱਖੇ ਹੁੰਦੇ ਸੀ, ਏਸੀ ਨਹੀਂ ਸੀ ਹੁੰਦੇ, ਕੱਪੜੇ ਪੜਵਾ ਕੇ ਟਿਕਟ ਲੈਂਦੇ ਤੇ ਲੋਕ, ਉਹ ਫਿਲਮ ਦੇਖਣ ਦਾ ਇੱਕ ਆਪਦਾ ਐਨਰਜੀ, ਮਤਲਬ ਹਰ ਚੀਜ਼ 'ਚ ਐਨਰਜੀ ਲੱਗਦੀ ਸੀ, ਸਾਈਕਲ ਚਲਾਉਣ 'ਚ ਵੀ ਲੱਗਦੀ ਸੀ। ਹੁਣ ਕੀ ਹੋ ਗਿਆ, ਗੱਡੀ 'ਚ ਬਹਿਣਾ, ਮਾਲ 'ਚ ਜਾਣਾ, ਟਿਕਟ ਪਹਿਲਾਂ ਹੀ ਬੁੱਕ ਹੋ ਗਿਆ, ਜਾ ਕੇ ਸੀਟ ਤੇ ਬਹਿ ਘਰੇ ਵੀ ਏਸੀ, ਗੱਡੀ 'ਚ ਵੀ ਏਸੀ। ਤੇ ਨਾਲੇ ਜਦੋਂ ਫਿਲਮ ਦੀ ਦੁਪਹਿਰ ਹੁੰਦੀ ਹੈ ਜਿਹਨੂੰ ਇੰਟਰਵੈਲ ਕਹਿੰਦੇ ਨੇ, ਪਹਿਲਾਂ ਅਸੀਂ ਉਹਨੂੰ ਦੁਪਹਿਰ ਕਹਿੰਦੇ ਹੁੰਦੇ ਸੀ, ਫਿਲਮ ਦੀ ਦੁਪਹਿਰੇ ਬਾਹਰ ਹੋਣਾ ਧੁੱਪਣੀ, ਤੇ ਹੁਣ ਜਦੋਂ ਇੰਟਰਵੈਲ ਹੁੰਦਾ ਫਿਰ ਅਸੀਂ ਉਹ ਮੱਕੀ ਦੀਆਂ ਖਿੱਲਾਂ ਖਾ ਕੇ, ਤੇ ਉਹਦੇ 'ਚ ਕੀ ਬਣਨਾ ਕੀ ਨਹੀਂ ਬਣਨਾ। ਤੇ ਜਿਵੇਂ ਤੁਸੀਂ ਗੱਲ ਕਹਿੰਦੇ ਬੱਚਿਆਂ ਦੀ, ਵਾਕਿਆ ਹੀ ਬੱਚੇ ਪਹਿਲਾਂ ਮਾਵਾਂ ਬੱਚਿਆਂ ਨੂੰ ਕੰਨੋਂ ਫੜ ਕੇ ਬਾਹਰੋਂ ਘਰੇ ਲਿਆਉਂਦੇ ਸੀ ਵੀ ਸਵੇਰ ਦਾ ਅਵਾਰਾਗਰਦੀ ਕਰੀਏ ਨਾ ਘਰੇ ਆ ਜਾ, ਤੇ ਹੁਣ ਇਹ ਕਹਿਣਾ ਪੈ ਰਿਹਾ ਬੱਚਿਆਂ ਨੂੰ ਕਿ ਥੋੜ੍ਹਾ ਬਹੁਤ ਬਾਹਰ ਵੀ ਜਾ। ਬੱਚੇ ਇੰਨੇ ਕੁ ਲੇਜ਼ੀ ਹੋ ਗਏ, ਇੰਨੇ ਕੁ ਲੇਜ਼ੀ ਹੋ ਗਏ ਆ ਕਿ ਮੈਂ ਉਹ ਦੇਖਿਆ ਵੀ ਇੱਕ ਫਸਟ ਫਲੋਰ 'ਤੇ ਬੱਚਿਆਂ ਦਾ ਸੀ ਰੂਮ, ਗਰਾਊਂਡ ਫਲੋਰ 'ਤੇ ਮਾਂ ਬਾਪ ਦਾ ਸੀਗਾ, ਅਤੇ ਉਹ ਮੈਸੇਜ ਕਰ ਰਹੀ ਉਹਦੀ ਮਾਂ, ਬੇਟਾ ਆਈ ਥਿੰਕ ਤੂੰ ਵੀ ਤੂੰ ਠੀਕ ਠਾਕ ਹੋਏਗਾ ਅਤੇ ਰੋਟੀ ਬਣ ਗਈ ਆ ਕੇ ਥੱਲੇ ਖਾ ਲਿਆ। ਇਹ ਆ ਗਿਆ, ਅਤੇ ਹੋਰ ਹੋਰ ਦੇਖੋ ਕੋਈ ਬੱਚਾ ਸੀਗਾ ਮੋਟਾ ਜਿਹਾ, ਉਹ ਡਾਕਟਰ ਕੋਲ ਲੈ ਗਏ ਜੀ, ਇਹਦੇ ਭਾਰ ਬਹੁਤ ਵੱਧ ਰਿਹਾ, ਅਤੇ ਡਾਕਟਰ ਕਹਿੰਦਾ ਵੀ ਬੇਟਾ ਗੇਮ ਖੇਡਿਆ ਕਰੋ। ਉਹ ਕਹਿੰਦਾ ਜੀ ਮੈਂ ਖੇਡਦਾ ਗੇਮ। ਕਹਿੰਦੇ ਕਿਹੜੀ ਖੇਡਦਾ? ਕਹਿੰਦੇ ਜੀ ਮੈਂ ਫੁੱਟਬਾਲ ਗੇਮ ਖੇਡਦਾ। ਉਹ ਕਹਿੰਦੇ ਜੇ ਫੁੱਟਬਾਲ ਖੇਡਦਾ ਹੋਇਆ ਤਾਂ ਭਾਰ ਇੰਨਾ ਹੋਣਾ ਨਹੀਂ ਚਾਹੀਦਾ, ਅਤੇ ਬੇਟਾ ਕਿੰਨੀ ਦੇਰ ਖੇਡਦਾ? ਉਹ ਕਹਿੰਦਾ ਜਿੰਨੀ ਦੇਰ ਮੋਬਾਈਲ ਦੀ ਬੈਟਰੀ ਡਾਊਨ ਨਹੀਂ ਹੋ ਜਾਂਦੀ। ਹਿਸਾਬ ਲਾ ਲਓ ਫਿਰ ਉਹੋ ਜਿਹਾ ਵੀ ਬੱਚੇ ਬੈਟਰੀ ਦੇ ਨਾਲ, ਮੋਬਾਈਲ ਦੀ ਬੈਟਰੀ ਦੇ ਨਾਲ ਨਾਲ ਮੈਨੂੰ ਲੱਗਦਾ ਦਿਮਾਗ ਦੀ ਬੈਟਰੀ ਵੀ ਚਲੀ ਜਾਂਦੀ ਹੈ। ਆਪਣੇ ਨਾ ਅੱਗੇ ਲੱਕੜ ਦੇ ਦਰਵਾਜ਼ੇ ਹੁੰਦੇ ਸੀ, ਹਾਂਜੀ, ਉਹ 'ਚ ਇੱਕ ਕੁੰਡਾ ਜਿਹਾ ਲੱਗਿਆ ਹੁੰਦਾ ਸੀ, ਹਾਂਜੀ ਹਾਂ, ਹੈ ਨਾ, ਤੇ ਆਪਾਂ ਆਉਣਾ ਉਹ ਖੜਕਾਉਣਾ, ਫਿਰ ਉੱਚੀ ਆਵਾਜ਼ ਵੀ ਮਾਰਨੀ, ਬਾਹਰ ਖੋਲੋ, ਹਾਂਜੀ, ਹੈ ਨਾ। ਤੇ ਹੁਣ ਕੀ ਹੋ ਗਿਆ, ਹੁਣ ਪਹਿਲਾਂ ਹੀ ਮੋਬਾਈਲ 'ਤੇ ਮੈਸੇਜ, ਮੰਮੀ ਮੈਂ ਆ ਗਿਆ, ਬਾਹਰ ਖੋਲ, ਡੋਰ ਖੋਲ, ਉਹ ਆ ਕੇ ਖੜਦਾ ਨਹੀਂ, ਪਹਿਲਾਂ ਡੋਰ ਖੋਲਦਾ, ਅਬਲਾ CCTV ਅੰਦਰ ਲੱਗਿਆ ਹੁੰਦਾ, ਉਹੀ ਅੰਦਰੋਂ ਦੇਖ ਕੇ ਡੋਰ, ਮਤਲਬ ਕੋਈ ਵੀ ਐਕਟੀਵਿਟੀ ਰਹੀ ਨਹੀਂ ਹੈ ਨਹੀਂ। ਤੇ ਪਹਿਲਾਂ ਬਾਹਰ ਜੰਗਲ ਪਾਣੀ ਜਾਂਦੇ ਸੀ ਤੇ ਉਹ 1.5-2 ਕਿਲੋਮੀਟਰ ਦੀ ਸੈਰ ਮੱਲਮੱਲੀ ਹੋ ਜਾਂਦੀ ਸੀ। ਜਿਵੇਂ ਤੁਸੀਂ ਵਿਆਹਾਂ ਸ਼ਾਦੀਆਂ ਦੀ ਲੈ ਲਓ ਗੱਲ, ਵਿਆਹ ਸ਼ਾਦੀ ਉਸ ਸਮੇਂ ਜਦੋਂ ਚਮਟਾ ਟਮਚਾ ਵੱਜਦਾ ਸੀ ਢੋਲਕੀ ਤੇ, ਹਫ਼ਤੇ ਹਫ਼ਤੇ ਦੇ ਵਿਆਹ ਹੁੰਦੇ ਸੀ, ਨਾਨਕਿਆਂ ਦਾ ਆਉਂਦਿਆਂ ਪਤਾ ਲੱਗਦਾ ਸੀ, ਪੂਰਾ ਰੌਣਕ ਮੇਲਾ ਹੁੰਦਾ ਸੀ, ਹੁਣ ਵਿਆਹ ਵੀ ਘੰਟਿਆਂ ਦਾ ਰਹਿ ਗਿਆ ਜੀ। ਬਹੁਤ ਜੀ, ਮੰਜੇ ਬਿਸਤਰੇ ਚੱਕ ਚੱਕ ਐਕਸਰਸਾਈਜ਼ ਹੋ ਜਾਂਦੀ ਸੀ, ਕਿਸੇ ਨੇ ਮੰਜੇ ਡਾਹ ਤੇ ਕੋਈ ਬਿਸਤਰੇ ਵਿੱਚ। ਮਤਲਬ ਕਹਿਣ ਦਾ ਮੇਰਾ ਸਿੱਧਾ ਸਿੱਧਾ ਭਾਵ ਹੈ ਵੀ ਜਦੋਂ ਤੱਕ ਅਸੀਂ ਹੈਲਥ ਵੱਲ ਕੌਨਸ਼ੀਅਸ ਨਹੀਂ ਹੋਵਾਂਗੇ, ਅਸੀਂ ਸਹੀ ਖੁਰਾਕ ਨਹੀਂ ਲਵਾਂਗੇ, ਉਦੋਂ ਤੱਕ ਕੁਛ ਹੋਣ ਵਾਲਾ ਨਹੀਂ ਹੈ। ਸੌਰੀ ਮੈਂ ਟੋਕਦੀ ਹਾਂ, ਮੈਨੂੰ ਯਾਦ ਆ ਗਿਆ ਕਿ ਮੰਨ ਲਓ ਵੀ ਆਪਾਂ ਪਹਿਲੇ ਸਮੇਂ ਦੀ ਗੱਲ ਕਰਦੇ ਸੀ, ਹੁਣ ਜਿਵੇਂ ਸਭ ਅੰਦਰੋਂ ਅੰਦਰੀ ਏ ਸੀ ਆ ਜਾਂ ਬੱਚੇ ਨਹੀਂ ਜਾ ਸਕਦੇ,
ਤੇ ਤੁਹਾਡੇ ਵੱਲੋਂ ਇਹਦੇ ਲਈ ਕੀ ਸੁਜੈਸ਼ਨ ਆ ਜਾਂ ਕੋਈ ਦਵਾਈ ਵੀ ਜਿਹੜੇ ਨਹੀਂ ਜਾ ਸਕਦੇ ਉਹਨਾਂ ਲਈ ਫਿਰ ਆਪਾਂ ਨੂੰ ਕੀ ਕਰਨਾ ਚਾਹੀਦਾ? ਮੈਂ ਇੱਕ ਗੱਲ ਬਹੁਤ ਸਾਰੀ ਚੰਡੀਗੜ੍ਹ ਦੇ ਵਿੱਚ ਕਾਫੀ ਲੋਕਾਂ ਨੂੰ ਕਰਵਾ ਦਿੱਤਾ, IPS IAS ਦੇ ਘਰ ਤੱਕ ਵੀ ਇਹ ਕੰਮ ਕਰਵਾਇਆ ਮੈਂ। ਪਿੰਡਾਂ ਦੇ ਵਿੱਚ ਵੀ ਜਿਹੜੇ ਸਾਡੇ ਜ਼ਿਮੀਂਦਾਰ ਭਰਾ ਨੇ ਜਿਹੜੇ ਹਰ ਵਕਤ ਚਿੱਟੇ ਕੁੜਤੇ ਪਜਾਮੇ 'ਚ ਰਹਿਣ ਲੱਗ ਗਏ, ਉਹਨਾਂ ਨੂੰ ਵੀ ਇਹ ਗੱਲਾਂ ਸਮਝਾਈਆਂ ਵੀ ਮਿੱਤਰੋ ਇੱਕ ਨਾ 4-5 ਫੁੱਟ ਦਾ ਮਿੱਟੀ ਦਾ ਅਖਾੜਾ ਬਣਾ ਲਓ ਘਰੇ, ਠੀਕ ਹੈ, ਉਹਦੇ ਵਿੱਚ 1-1.5 ਕਿਲੋ ਗਾਂ ਦੇ ਗੋਬਰ ਦਾ ਸੁੱਕਾ ਪਾਊਡਰ ਮਿਕਸ ਕਰ ਦਿਓ, ਉਹਦੇ 'ਚ ਉੱਠ ਕੇ ਐਕਸਰਸਾਈਜ਼ ਕਰੋ, ਨੰਗੇ ਪੈਰ ਉਹਦੇ ਵਿੱਚ ਛਾਲਾਂ ਮਾਰੋ, ਠੀਕ ਹੈ, ਤਾਂ ਉਹ ਜਿਹੜੀ ਚੀਜ਼ ਆ ਉਹਨੇ ਤੁਹਾਨੂੰ ਐਨਰਜੀ ਜਿਹੜੀ ਦੇਣੀ ਆ ਕਿਸੇ ਚੀਜ਼ ਨੇ ਵੀ ਨਹੀਂ ਦੇਣੀ। ਨੰਗੇ ਪੈਰ ਅਸੀਂ ਵੀ ਨੀ ਤੁਰਦੇ, ਮਤਲਬ ਮੈਨੂੰ ਜਿੱਥੇ ਵੀ ਮੌਕਾ ਮਿਲਦਾ ਜੀ ਗੱਡੀ 'ਚ ਜਾਂਦੇ ਹੋਏ ਦੇਖਿਆ ਵੀ ਇੱਧਰ ਕੱਚੀ ਮਿੱਟੀ ਹੈ, ਔਰ ਇਹ ਉਹ ਮਿੱਟੀ ਹੈ ਜਿਹੜੀ ਮਤਲਬ ਜਿਹਨੂੰ ਆਪਾਂ ਜੰਗਲ ਕਹਿ ਦਿੰਦੇ ਹਾਂ ਜਾਂ ਜਾਂ ਕਹਿ ਦਿੰਦੇ ਬੰਜਰ ਜ਼ਮੀਨ ਆ, ਉਹ ਮਿੱਟੀ ਉਹਦੇ ਉੱਤੇ ਤੁਰਨ ਦਾ ਫਾਇਦਾ, ਜਿਹੜੀ ਪੈਸਟੀਸਾਈਡ ਵਾਲੀ ਖੇਤਾਂ ਦੀ ਉਹਦੇ ਵਿੱਚ ਨਹੀਂ ਕੋਈ ਫਾਇਦਾ, ਅਤੇ ਉਹ ਜਿਹੜੀ ਮਿੱਟੀ ਆ ਅਸੀਂ ਗੱਡੀ ਰੋਕ ਲੈਂਦੇ ਹਾਂ, ਚੱਪਲਾਂ ਬੂਟ ਲਾ ਕੇ ਗੱਡੀ 'ਚ ਰੱਖ ਕੇ ਨੰਗੇ ਪੈਰ ਉੱਥੇ ਤੁਰ ਲਈਦਾ ਵੀ ਚਲੋ ਘੱਟੋ ਘੱਟ ਹੋਰ ਨਹੀਂ ਤਾਂ ਇਹ ਸੀ। ਪਰ ਜਦੋਂ ਇਹ ਚੀਜ਼ਾਂ 'ਚ ਬੱਚੇ ਖੇਡਣਗੇ ਸਾਡੇ ਮਿੱਟੀ 'ਚ ਖੇਡਣਗੇ ਜਾਂ ਵੱਡੇ ਵੀ ਮਿੱਟੀ 'ਚ ਖੇਡਣਗੇ ਤਾਂ ਹੁਣ ਮੈਨੂੰ ਕਈ ਕਹਿਣਗੇ ਗੁਲ ਸਰ ਸ਼ੂਗਰ ਦਾ ਕੀ ਇਲਾਜ ਹੈ, ਮੈਂ ਕਿਹਾ ਇਦੋਂ ਵਧੀਆ ਕੋਈ ਇਲਾਜ ਨਹੀਂ, ਕੋਈ ਇਲਾਜ ਨਹੀਂ, ਵਧੀਆ ਗੱਲ ਹੈ। ਗੋਬਰ ਵਾਲੀ ਮਿੱਟੀ 'ਚ ਤੁਸੀਂ ਮਾਰੋ ਤਾਂ ਜਿਹੜਾ ਜੰਪ ਤੁਹਾਨੂੰ ਪਸੀਨਾ ਆਊਗਾ ਪਤਾ ਲੱਗੂਗਾ, ਅਤੇ ਲੇਕਿਨ ਉਹ ਚੀਜ਼ਾਂ ਨੇ ਹੁਣ ਕੀ ਹੋ ਗਿਆ, ਹੁਣ ਅਸ਼ਵਗੰਧ ਖਾ ਲਓ ਜੀ, ਸਤਾਵਰ ਖਾ ਲਓ ਜੀ, ਜੜੀ ਬੂਟੀਆਂ ਖਾ ਲਓ, ਇੰਨਾ ਵੀ ਸ਼ੁਕਰ ਹੈ ਰੱਬ ਦਾ ਵੀ ਸਾਡਾ ਜਿਹੜਾ ਯੂਥ ਹੈ ਉਹਨੂੰ ਇਹ ਪਤਾ ਲੱਗ ਗਿਆ ਵੀ ਅਸ਼ਵਗੰਧ ਤਾਕਤ ਹੈਗੀ, ਉਹਨੂੰ ਇਹ ਪਤਾ ਲੱਗ ਗਿਆ ਵੀ ਆਯੁਰਵੈਦਿਕ ਦੇ ਵਿੱਚ ਆਂਵਲਾ ਵੀ ਹੈਗਾ ਕੋਈ ਚੀਜ਼, ਤ੍ਰਿਫਲਾ ਵੀ। ਹੁਣ ਚਾਹੇ ਅਸੀਂ ਦਿੱਤਾ, ਦੇਖੋ ਮੈਂ ਤੁਹਾਨੂੰ ਦੱਸਦਾ ਅਸੀਂ ਇੱਕ ਚੀਜ਼ ਦਿੱਤੀ ਬੱਚਿਆਂ ਨੂੰ ਵੱਡਿਆਂ ਨੂੰ ਵੀ, ਸਭ ਤੋਂ ਸੁਪਰ ਫੂਡ ਹੈ ਜੀ, ਸੁਪਰ ਫੂਡ ਅਗਰ ਕੋਈ ਦੁਨੀਆਂ ਦਾ ਹੈਗਾ ਉਹ ਹੈਗਾ ਔਲਾ। ਆਪਾਂ ਜਦੋਂ ਤੋਂ ਪੈਦਾ ਹੋਏ ਗੱਲ ਸੁਣਦੇ ਆ ਰਹੇ ਹਾਂ ਵੀ ਬਜ਼ੁਰਗਾਂ ਦਾ ਕਿਹਾ ਤੇ ਔਲੇ ਦਾ ਖਾਧਾ, ਬਾਅਦ ਚ ਪਤਾ ਲੱਗਦਾ। ਹੁਣ ਮੈਂ ਇਹਨੂੰ ਬਦਲਿਆ ਥੋੜੀ ਦੇਰ ਤੋਂ ਵੀ, ਸੁਭਾਸ਼ ਗੋਇਲ ਦਾ ਕਿਹਾ ਤੇ ਔਲੇ ਦਾ ਖਾਧਾ, ਬਾਅਦ ਚ ਪਤਾ ਲੱਗਦਾ। ਤੇ ਇਹ ਕੀ ਹੈ ਕਿ ਆਂਵਲਾ ਕੈਂਡੀ ਬਣਾਈ, ਫਿਰ ਜਿੱਦਾਂ ਦਾ ਬੱਚੇ ਦਾ ਟੇਸਟ ਆ ਬਣਾਉਣਾ ਪਿਆ, ਇਹ ਜਿਹੜੀ ਆਂਵਲਾ ਕੈਂਡੀ ਵੀ ਹੈ ਨਾ ਜੀ, ਅਸੀਂ ਇਹ ਹਨੀ ਵੇਸਟ ਦੇ ਵਿੱਚ ਬਣਾਈ, ਆਂਵਲਾ ਆਂਵਲੇ ਨੂੰ ਅਸੀਂ ਹਨੀ 'ਚ ਮਤਲਬ ਰੱਖ ਕੇ ਫਿਰ ਉਹਨੂੰ ਡਰਾਈ ਕਰਦੇ ਹਾਂ, ਇਹਦਾ ਟੇਸਟ ਹੀ ਬਹੁਤ ਕਮਾਲ ਹੈ। ਅੱਛਾ, ਜਦੋਂ ਇਹ ਡੱਬਾ ਖੁੱਲਦਾ ਬੱਚਾ 100-100 ਗ੍ਰਾਮ ਖਾ ਜਾਂਦਾ, ਐ ਨਹੀਂ ਹੈ ਵੀ 2 ਦਾਣੇ ਖਾ ਕੇ ਹਟ ਜੂਗਾ। ਤਾਂ ਇਹ ਜਿਹੜਾ ਸੁਪਰ ਫੂਡ ਹੈ ਇਹ ਮੈਂ ਤੁਹਾਨੂੰ ਵੀ ਦੱਸ ਦਿੰਦਾ, ਜਿੰਨੇ ਵੀ ਲੋਕ ਇਸ ਟਾਈਮ ਦੇਖ ਰਹੇ ਆ, ਇਸ ਤੋਂ ਉੱਪਰ ਕੋਈ ਚੀਜ਼ ਨਹੀਂ ਹੈ, ਇਹਨੂੰ ਵੀ ਦੇਖ ਕੇ ਲਓ, ਇਹ ਨਾ ਹੋਵੇ ਕਿ ਜਲਿਆ ਹੋਇਆ ਹੀ ਲੈ ਲਈਏ ਆਪਾਂ। ਅੱਛੀ ਕੰਪਨੀ ਦਾ ਲਓ, ਬ੍ਰਾਂਡਡ ਲਓ, ਜੇ ਕਿਤੇ ਆਹ ਉੱਪਰ ਵਰਦਾਨ ਲਿਖਿਆ ਸਾਡੀ ਕੰਪਨੀ ਦਾ ਨਾਮ, ਜੇ ਇਹ ਲਿਖਿਆ ਤਾਂ ਫਿਰ ਤਾਂ ਗੱਲ ਹੀ ਕੋਈ ਨਹੀਂ ਹੈ। ਅੱਛਾ, ਵੈਦਵਾਨ ਵਰਦਾਨ ਦੋਨੋਂ ਲੋਗੋ ਜਿਹੜੇ ਨੇ ਸਾਡੇ ਅਪਰੂਵਡ ਹੈ ਜੀ, ਅਤੇ ਇਹਨੂੰ ਜਦੋਂ ਅਸੀਂ ਲੈਂਦੇ ਹਾਂ ਤਾਂ ਇਹਦੇ ਨਾਲ ਸਭ ਤੋਂ ਪਹਿਲਾਂ ਫੂਡ, ਜਿਵੇਂ ਮੈਂ ਕਹਿਣਾ ਹੁੰਦਾ ਸਵੇਰੇ ਉੱਠਣ ਸਾਰ ਬਰੱਸ਼ ਬਰੁਸ਼ ਕਰਕੇ ਪਹਿਲਾਂ ਚੱਬ ਲਓ ਥੋੜ੍ਹਾ ਜਿਹਾ, ਉਸ ਤੋਂ ਬਾਅਦ 10-15 ਮਿੰਟ ਤੋਂ ਬਾਅਦ ਕੋਈ ਫਰੂਟ ਖਾ ਲਓ, ਅਨਾਰ ਖਾ ਲਓ, ਸੰਤਰਾ ਖਾ ਲਓ, ਕੋਈ ਸੇਬ ਖਾ ਲਓ, ਬੱਚੇ ਹੀ ਕਿ ਵੱਡੇ ਵੀ, ਸਾਰਿਆਂ ਲਈ ਹੈ। ਜੇ ਕਿਸੇ ਨੂੰ ਕੋਈ ਸ਼ੂਗਰ ਦੀ ਪ੍ਰੋਬਲਮ ਹੈ ਫਿਰ ਸਾਰਿਆਂ ਲਈ ਫਾਇਦੇਮੰਦ ਹੈ, ਇਹ 'ਚ ਇਹਨੂੰ ਇਹ ਹੈ ਹੀ ਸ਼ੂਗਰ ਫਰੀ ਆ। ਅਤੇ ਦੂਜੀ ਗੱਲ ਮੈਂ ਤੁਹਾਨੂੰ ਦੱਸਦਾ, ਸ਼ੂਗਰ ਫਰੀ ਚਵਨਪ੍ਰਾਸ਼ ਵੀ ਬਣਿਆ ਜਿਵੇਂ ਡਾਇਬਟੀਜ਼ ਵਾਲੇ ਨੇ, ਅਤੇ ਮੈਂ ਇੱਕ ਵੱਡੀ ਗੱਲ ਤੁਹਾਨੂੰ ਦੱਸਣ ਜਾ ਰਿਹਾ ਕਿ ਜਿਹੜੇ ਬੱਚੇ ਆ ਉਹਨਾਂ ਵਾਸਤੇ ਸਭ ਤੋਂ ਬੈਸਟ ਚੀਜ਼ ਆ ਅਸ਼ਵਗੰਧ। ਜਿਹੜੇ ਸਕੂਲੀ ਬੱਚੇ ਆ ਉਹਨਾਂ ਨੂੰ ਅਸ਼ਵਗੰਧ ਦਿਓ, ਜਿਵੇਂ ਹੁਣ ਅਸ਼ਵਗੰਧ ਨੂੰ ਅਸੀਂ ਕੈਪਸੂਲ ਦੇ ਵਿੱਚ ਦਿੱਤਾ, ਕੈਪਸੂਲ ਬਹੁਤ ਕੰਪਨੀਆਂ ਬਣਾਉਂਦੀਆਂ ਨੇ, ਮੈਂ ਕਹਿੰਦਾ ਰੱਬ ਕਰੇ ਸਾਰਿਆਂ ਨੂੰ ਪਰਮਾਤਮਾ ਤੰਦਰੁਸਤ ਰੱਖੇ ਜਿਹੜੇ ਬਣਾਉਂਦੇ ਆ, ਘੱਟੋ ਘੱਟ ਲੋਕਾਂ ਨੂੰ ਸਿਹਤ ਤਾਂ ਦੇ ਰਹੇ ਨੇ, ਪਰ ਅਸ਼ਵਗੰਧ ਦੇ ਵਿੱਚ ਸ਼ਿਲਾਜੀਤ ਹੋਣਾ ਇੱਕ ਬਹੁਤ ਵੱਡੀ ਗੱਲ ਆ। ਜੇ ਅਸੀਂ ਬਚਪਨ ਤੋਂ ਬੱਚੇ ਨੂੰ ਚਾਵਲ ਜਿੰਨੀ ਕੁ ਸ਼ਿਲਾਜੀਤ ਦੇਣ ਲੱਗ ਜਾਈਏ ਤਾਂ ਉਹ ਜ਼ਿੰਦਗੀ ਦੇ ਵਿੱਚ ਬੁੜਾ ਨਹੀਂ ਹੁੰਦਾ, ਅੰਦਰੋਂ ਉੱਪਰੋਂ ਚਿੱਟਾ ਹੋ ਜੂ, ਅੰਦਰੋਂ ਬੁੜਾ ਨਹੀਂ ਹੁੰਦਾ ਇਨਸਾਨ। ਦੂਜੀ ਗੱਲ,
ਇਹਦੇ ਵਿੱਚ ਸਫੈਦ ਮੁਸਲੀ ਹੈ, ਕੌਂਚ ਬੀਜ ਹੈ। ਸਫੈਦ ਮੁਸਲੀ ਅਤੇ ਕੌਂਚ ਬੀਜ ਜਿਹੜਾ ਬੋਡੀ 'ਚ ਵੀਰਜ ਅਤੇ ਬਲੱਡ ਗਾੜਾ ਕਰ ਦਿੰਦਾ ਬੱਚੇ ਨੂੰ 16 ਸਾਲ ਦੀ ਉਮਰ 'ਚ, ਜਦੋਂ ਉਹਦਾ ਚੇਂਜ ਹੁੰਦਾ ਹਾਰਮੋਨ ਸਿਸਟਮ, ਤਾਂ ਉਸ ਟਾਈਮ ਬਹੁਤ ਹੈਲਪ ਮਿਲਦੀ ਆ। ਅਤੇ ਇਹਦੇ ਨਾਲ ਕੀ ਹੈ ਕਿ ਇਹਦੇ ਵਿੱਚ ਕੌਂਚ ਬੀਜ ਹੋ ਗਿਆ ਜੀ, ਪਲੱਸ ਇਹਦੇ ਵਿੱਚ ਸਭ ਤੋਂ ਵੱਡੀ ਚੀਜ਼ ਕੀ ਪਾਈ ਗਈ ਆ, ਸ਼ਤਾਵਰ ਪਾਇਆ ਗਿਆ। ਅਸ਼ਵਗੰਧ, ਸ਼ਤਾਵਰ ਅਤੇ ਸ਼ਿਲਾਜੀਤ ਦਾ ਜਿਹੜਾ ਮਿਸ਼ਰਣ ਹੈ ਲੇਡੀਜ਼ ਵਾਸਤੇ ਬਹੁਤ ਵਧੀਆ, ਮਤਲਬ ਇਹਨੂੰ ਇਸ ਨਜ਼ਰੀਏ ਨਾਲ ਬਣਾਈ ਦਾ ਕਿ ਸਾਰਿਆਂ ਦੇ ਕੰਮ ਆ ਜਾਵੇ। ਇਹ ਐਨਰਜੀ ਦਾ ਇੱਕ ਬੈਸਟ ਸਰੋਤ ਹੈ। ਬਾਕੀ ਮੁੰਡਿਆਂ ਨੂੰ ਅਸੀਂ ਗੱਭਰੂ ਪਾਊਡਰ ਦਿੰਦੇ ਹਾਂ, ਜਦੋਂ ਮਤਲਬ ਜਿਵੇਂ ਨਾ ਪਹਿਲਾਂ ਵਿਆਹ ਤੋਂ ਪਹਿਲਾਂ ਪੰਜੀਰੀ ਬਣਦੀ ਸੀ ਵੀ ਖਵਾ ਦਿਓ ਮੁੰਡੇ ਨੂੰ ਵੀ ਕੁੜੀਆਂ ਨੂੰ ਵੀ, ਉਹ ਗੱਭਰੂ ਦਾ ਮਤਲਬ ਹੁੰਦਾ ਸੀਗਾ ਵੀ ਹੁਣ ਮੁੰਡਾ ਵਿਆਹ ਦੇ ਲਾਇਕ ਹੋ ਗਿਆ, ਵੀ ਗੱਭਰੂ ਹੋ ਗਿਆ, ਇਹਦੇ ਲਈ ਕੁੜੀ ਕਾੜੀ ਲੱਭੋ। ਤੇ ਕੁੜੀ ਨੂੰ ਮੁਟਿਆਰ ਕਿਹਾ ਜਾਂਦਾ ਆਪਣੇ ਪੰਜਾਬ 'ਚ, ਹੁਣ ਇਹ ਭਾਈ ਮੁਟਿਆਰ ਹੋ ਗਈ, ਇਹਦੇ ਲਈ ਮੁੰਡਾ ਮੁੰਡਾ ਲੱਭੋ, ਵਿਆਹ ਕਰੀ ਜਾਂਦਾ ਹੈਨਾ। ਤੇ ਅਸੀਂ ਉਹ ਪ੍ਰੋਡਕਟ ਦਾ ਹੀ ਨਾਂ ਉਹਦੇ ਨਾਲ ਬਹਿ ਜਾਂਦਾ, ਕੁੜੀਆਂ ਵੀ ਖਾ ਸਕਦੀਆਂ ਨੇ ਕੈਪਸੂਲ ਜਿਹੜੇ ਤੁਸੀਂ ਹੁਣ ਦੱਸੇ। ਬਿਲਕੁਲ, ਇਹ ਕੁੜੀਆਂ ਵਾਸਤੇ ਅਸ਼ਵਗੰਧ, ਸਤਾਵਰ, ਸ਼ਿਲਾਜੀਤ ਦਾ ਕੈਪਸੂਲ ਬਹੁਤ ਵਧੀਆ। ਤੇ ਕੁੜੀਆਂ ਵਾਸਤੇ ਅਸੀਂ ਆਹ ਵੀ ਬਣਾਇਆ ਇੱਕ ਚੋਕਲੇਟ ਫਲੇਵਰ, ਇਹ ਛੋਟੇ ਬੱਚੇ ਜਿਹੜੇ ਆ, ਛੋਟੀਆਂ ਲੜਕੀਆਂ ਆਪਣੀਆਂ 6 ਸਾਲ ਤੋਂ ਬਾਅਦ, ਤਾਂ ਉਹਦੇ ਵਿੱਚ ਇਹ ਜਿਹੜਾ ਚੋਕਲੇਟ ਫਲੇਵਰ ਦੇ ਵਿੱਚ ਸ਼ਿਲਾਜੀਤ, ਅਸ਼ਵਗੰਧ, ਸਤਾਵਰ ਪਾਇਆ, ਪਲੱਸ ਇਹ 'ਚ ਲੋਹ ਭਸਮ ਪਾਈ ਆਇਰਨ, ਕਿਉਂਕਿ ਅੱਜ ਕੱਲ੍ਹ ਆਇਰਨ ਲੱਭਦਾ ਹੀ ਨਹੀਂ ਕਿਤੋਂ, ਤੇ ਉਹ ਪਾਇਆ ਗਿਆ। ਹੁਣ ਮੈਂ ਪਿੱਛੇ ਜੇ ਦੱਸਿਆ ਸੀਗਾ ਕਿ ਪਾਲਕ ਪਨੀਰ ਨਹੀਂ ਖਾਣਾ ਕੱਚਾ ਕਦੇ ਵੀ, ਇੱਕ ਡਿਸ਼ ਹੈ ਪਾਲਕ ਪਨੀਰ ਕਦੇ ਵੀ ਨਹੀਂ ਖਾਣਾ ਚਾਹੀਦਾ, ਇਹ ਬੋਡੀ ਲਈ ਹਾਰਮਫੁਲ ਹੁੰਦਾ। ਤੇ ਸਾਗ ਜਿਹੜਾ ਅਸੀਂ ਸਰੋਂ ਦਾ ਬਣਾਉਂਦੇ ਹਾਂ ਉਹਦੇ ਵਿੱਚ ਪਾਲਕ ਨਹੀਂ ਪਾਉਣਾ ਚਾਹੀਦਾ, ਉਹ ਵੀ ਨੁਕਸਾਨਦੇਹ ਅਕਸਰ, ਉਹ 'ਚ ਬਾਥੂ ਪਾ ਲਓ, ਚਲਾਈ ਪਾ ਲਓ, ਹੋਰ ਕੁਛ ਪਾ ਲਓ, ਇਹ ਨਹੀਂ ਪਾਉਣਾ ਚਾਹੀਦਾ। ਅਤੇ ਅੱਛਾ, ਫਿਰ ਮੈਂ ਉਹਦੇ ਵਾਸਤੇ ਕਾਫੀ ਕੰਮ ਕੀਤਾ, ਲੋਕਾਂ ਨੇ ਮੈਨੂੰ ਪੁੱਛਿਆ ਵੀ, ਕਮੈਂਟ ਵੀ ਕੀਤਾ, ਬੁੱਧੀਜੀਵੀ ਬੰਦੇ ਮੇਰੇ ਕੋਲ ਬੈਠੇ ਵੀ ਆਉਂਦੇ ਨੇ ਡੇਲੀ, 100-100 ਬੰਦਾ ਆਉਂਦਾ, ਅਤੇ ਉਹ 'ਚੋਂ ਕਿਸੇ ਦੀ ਹਿੰਮਤ ਪੈਂਦੀ ਹੈ, ਸਵਾਲ ਕਰਦਾ ਵੀ ਗੋਇਲ ਸਾਹਿਬ ਤੁਸੀਂ ਕਿਹਾ ਵੀ ਪਾਲਕ ਪਨੀਰ ਨਹੀਂ ਖਾਣਾ, ਤੁਸੀਂ ਕਿਸੇ ਵੀ ਵੱਡੇ ਤੋਂ ਵੱਡੇ 7 ਸਟਾਰ ਤੱਕ ਹੋਟਲ ਚਲੇ ਜਾਓ, ਉੱਥੇ ਡਿਸ਼ ਹੁੰਦੀ ਹੈ ਪਾਲਕ ਪਨੀਰ, ਤੋਂ ਲੈ ਕੇ ਕਿਤੋਂ ਵੀ ਲੈ ਲਓ, ਇੱਕ ਪਾਲਕ ਪਨੀਰ ਦੀ ਡਿਸ਼ ਆ। ਤੁਸੀਂ ਕਹਿੰਦੇ ਕਿੱਡੇ ਵੱਡੇ ਘਰ 'ਚ ਚਲੇ ਜਾਓ, ਜੇ ਪਾਲਕ ਬਣੂ ਤਾਂ ਪਨੀਰ ਪਊਗਾ, ਤੁਸੀਂ ਕਿਸ ਆਧਾਰ 'ਤੇ ਕਹਿੰਦੇ ਹੋ। ਮੈਂ ਕਿਹਾ ਵੀ ਇਹ ਆਧਾਰ ਉਹਨਾਂ ਨੂੰ ਫਿਰ ਸਮਝਾਇਆ ਗਿਆ ਸਾਰਾ, ਜਦੋਂ ਸਮਝ ਆ ਜਾਂਦੀ ਹੈ ਚੀਜ਼ ਫਿਰ ਬੰਦਾ ਛੱਡਦਾ। ਅੱਛਾ, ਕੀ ਆ ਉਹਦੇ ਵਿੱਚ ਸਾਨੂੰ ਕੀ ਚਾਹੀਦਾ, ਸਾਨੂੰ ਚਾਹੀਦਾ B12 ਜੀ, ਪਾਲਕ ਦੇ ਵਿੱਚ ਆਇਰਨ, ਆਇਰਨ ਦੇ ਨਾਲ B12 ਚਾਹੀਦਾ। B12 ਕਾਹਦੇ ਵਿੱਚ ਆ, ਟਮਾਟਰ ਦੇ ਵਿੱਚ। ਉਹਨੂੰ ਪਾਲਕ ਦੇ ਟਮਾਟਰ ਦੀ ਫਿਰ ਰੈਸਪੀ ਦਿੱਤੀ ਗਈ, ਅੱਛਾ, ਕਿ ਟਮਾਟਰ ਔਰ ਪਾਲਕ ਦੀ ਜਿਹੜੀ ਰੈਸਪੀ ਆ ਇਹ ਬਹੁਤ ਕਮਾਲ ਦੀ ਆ, ਇਹਦੀ ਕੋਈ ਰੀਸ ਹੀ ਨਹੀਂ, ਤੁਹਾਨੂੰ ਟੇਸਟ ਤਾਂ ਜਿਹੜਾ ਆਉਣਾ ਉਹ ਤਾਂ ਵੱਖਰਾ ਆਊਗਾ ਹੀ ਆਊਗਾ। ਪਲੱਸ ਕੀ ਹੈ ਕਿ ਤੁਹਾਨੂੰ ਆਇਰਨ ਵੀ ਮਿਲ ਗਿਆ, ਵਿਟਾਮਿਨ B12 ਵੀ ਮਿਲ ਗਿਆ, B6 ਵੀ ਮਿਲ ਗਿਆ, ਬੋਡੀ ਨੂੰ ਸਾਰੀ ਚੀਜ਼ ਮਿਲ ਗਿਆ, ਤੇ ਉਹੀ ਚੀਜ਼ ਇਹਦੇ ਵਿੱਚ ਦਿੱਤੀ ਗਈ ਜੀ, ਤਾਂ ਕਿ ਅਸੀਂ ਇਹਦੇ ਵਿੱਚ ਨਾਲ ਪਲੱਸ ਆਇਰਨ ਦਿੱਤਾ, ਆਇਰਨ ਦੇ ਨਾਲ ਅਸੀਂ ਅਸ਼ਵਗੰਧ, ਸਤਾਵਰ ਦਿੱਤਾ, ਤਾਂ ਕਿ ਉਹਦੀ ਬੋਡੀ ਦੇ ਵਿੱਚ ਮਿਨਰਲ, ਵਿਟਾਮਿਨ ਦੀ ਕਮੀ। ਇਹਨਾਂ ਬਾਰੇ ਨਾ ਜਿਵੇਂ ਤੁਸੀਂ ਪਾਲਕ ਦਾ ਨਾਮ ਲਿਆ, ਸਾਗ ਦਾ ਨਾਮ ਲਿਆ, ਹਨਾ, ਪਹਿਲਾਂ ਤਾਂ ਗਾਣਾ ਹੀ ਸੀਗਾ ਵੀ ਤੇਰੀ ਮਾਂ ਨੇ ਰਿੱਧਾ ਸਾਗ ਵੇ, ਅਸਾਂ ਮੰਗਿਆ ਤੇ ਮਿਲਿਆ ਜਵਾਬ, ਗੁੱਸਾ ਕਰ ਜਾਂਦੇ ਸੀ ਕਿ ਫਲਾਣੇ ਦੇ ਸਾਗ ਬਣਿਆ ਸਾਨੂੰ ਨੀ ਭੇਜਿਆ, ਹਨਾ। ਤੇ ਅੱਜ ਕੱਲ੍ਹ ਇੰਨਾ ਸਾਗ ਬਣ ਰਿਹਾ ਕਿਉਂਕਿ ਸਰਦੀਆਂ ਦੇ ਮੌਸਮ 'ਚ ਸਾਗ ਮੇਨ ਚੀਜ਼ ਆ, ਤੇ ਪਾਲਕ ਆ। ਤੇ ਅਕਸਰ ਮੈਂ ਇਹ ਸੁਣਦੀ ਹਾਂ ਵੀ ਕਈ ਵਾਰੀ ਵੀ ਕਹਿੰਦੇ ਨੇ ਵੀ ਪਾਲਕ ਜਾਂ ਸਾਗ ਨਾਲ ਐਸਿਡ ਬਹੁਤ ਬਣਦਾ, ਜਾਂ ਵੀ ਮਤਲਬ ਜਿਵੇਂ ਆਪਾਂ ਕਹਿ ਦਿੰਦੇ ਖੱਟੇ ਡਕਾਰ ਆਉਣੇ, ਇਹ ਚੀਜ਼ਾਂ ਵੀ ਇਹ ਨੁਕਸਾਨਦਾਇਕ ਆ ਕਿ ਕਿਵੇਂ? ਨੁਕਸਾਨਦਾਇਕ ਨਹੀਂ, ਐਕਚੁਅਲੀ ਸਾਡਾ ਜਿਹੜਾ ਅੱਗੇ ਸਾਗ ਬਣਦਾ ਸੀ ਮੈਡਮ, ਉਹ ਬਣਦਾ ਸੀ ਮਿੱਟੀ ਦੀ ਹਾਂਡੀ 'ਚ, ਹੁਣ ਬਣਦਾ ਅਲਮੀਨੀਅਮ ਦੇ ਕੂਕਰ 'ਚ, ਹੁਣ ਉਹਦਾ ਜ਼ਹਿਰ ਨਾਲ ਰਲਦਾ, ਉਹ ਤੇਜ਼ਾਬ ਬਣਾਉਂਦਾ, ਠੀਕ ਹੈ ਨਾ। ਹੁਣ ਉਹਦਾ ਹੱਲ ਕੀ ਹੈ, ਅਸੀਂ ਲੋਕਾਂ ਨੂੰ ਦਿੰਦੇ ਹਾਂ, ਇੱਕ ਭੂਮੀ ਆਮਲਾ ਆਉਂਦਾ, ਭੂਮੀ ਆਮਲੇ ਤੋਂ ਬਣਿਆ ਪਾਊਡਰ ਹੈ,
ਬੂ ਅੰਮ੍ਰਿਤ ਪਾਊਡਰ, ਇਹ ਜਿਹੜਾ ਪਾਊਡਰ ਹੈ ਭੂਮੀ ਆਮਲਾ, ਇਹ 'ਚ ਕਾਲ, ਇਹਦੇ ਵਿੱਚ ਕਾਮਦੂ ਦਾ ਰਸ ਅਤੇ ਇਹਦੇ ਵਿੱਚ ਗੁਦੰਤੀ ਭਸਮ, ਇਹ ਕੁਛ ਚੀਜ਼ਾਂ 'ਚ ਪਾਈਆਂ ਨੇ, ਪ੍ਰਵਾਲ ਪਿਸ਼ਟੀ ਵੀ ਹੈ, ਇਹ ਜਿਹੜੇ ਆਯੁਰਵੈਦਿਕ ਜਾਣਦੇ ਆ ਸਾਰੇ ਸਮਝਦੇ ਆ, ਇਹ ਜਿਹੜੀਆਂ ਚੀਜ਼ਾਂ ਨੇ ਇਹ ਬੋਡੀ ਦੇ ਵਿੱਚ ਗਰਮੀ ਨੂੰ ਸ਼ਾਂਤ ਕਰਦੀਆਂ ਨੇ, ਪਿੱਤ ਦਾ ਦੋਸ਼ ਖਤਮ ਕਰਦੀਆਂ ਨੇ। ਤੀਸਰੀ ਗੱਲ ਸਭ ਤੋਂ ਵੱਡੀ ਕੀ ਆ ਕਿ ਇਹ ਲੀਵਰ ਦਾ ਜਿਹੜਾ ਫੈਟੀ ਲੀਵਰ ਹੋ ਰਿਹਾ ਉਹਦਾ ਇੱਕ ਪਰਫੈਕਟ ਟ੍ਰੀਟਮੈਂਟ ਭੂ ਅੰਮ੍ਰਿਤ ਪਾਊਡਰ। ਇਹ ਪ੍ਰੋਡਕਟ ਜਿਹੜਾ ਆਪਣਾ ਹੈਗਾ ਨਾ ਜੀ, ਮੇਰਾ ਖਿਆਲ ਆ ਕਿ ਅਸੀਂ ਜਦੋਂ ਬਣਾਇਆ ਸੀਗਾ ਅਸੀਂ 100-150 ਬੋਟਲ ਤਿਆਰ ਕਰਦੇ ਹੁੰਦੇ ਸੀ ਇੱਕ ਦਿਨ ਦੀ, ਹੁਣ ਸਾਡੀ ਇਹ ਘੱਟੋ ਘੱਟ ਮਹੀਨੇ ਦੀ 1-1.25 ਲੱਖ ਬੋਟਲ ਹੈ। ਇਹ ਵੀ ਛੋਟੀ ਜੀ ਹੈ, 140 ਕਰੋੜ ਦੀ ਆਬਾਦੀ 'ਚ ਹੈ ਕਿੰਨੀ ਕੁ ਹੈ, ਹਾਲੇ ਤਾਂ ਇਹਨੇ ਅੱਗੇ ਫੈਲਣਾ ਇੱਕ ਦੂਜੇ ਨੂੰ ਜਦੋਂ ਇਹਦਾ ਪਤਾ ਲੱਗਦਾ ਨਾ ਜੀ ਕਿ ਫੈਟੀ ਲੀਵਰ ਵਾਸਤੇ ਕੀ ਆ, ਇੱਕੋ ਹੀ ਚੀਜ਼ ਸਭ ਤੋਂ ਬੈਸਟ ਹੈ ਭੂ ਅੰਮ੍ਰਿਤ ਪਾਊਡਰ, ਔਰ ਇਹਦਾ ਨਾਮ ਵੀ ਉੱਦਾਂ ਹੀ ਮਿਲਦਾ ਜੁਲਦਾ ਰੱਖਿਆ ਗਿਆ। ਅਤੇ ਇਹ ਚੀਜ਼ਾਂ ਜਿਹੜੀਆਂ ਨੇ ਅਸੀਂ ਬੱਚਿਆਂ ਨੂੰ ਦਿੰਦੇ ਹਾਂ, ਇੱਕ ਇੱਥੇ ਸ਼ਾਇਦ ਪਿਆ ਹੋਵੇ, ਇਹ ਹੁਣ ਦੇਸੀ ਘੀ ਦੀ ਗੱਲ ਕਰੀਏ ਆਪਾਂ ਜੀ, ਆਪਾਂ ਕਹਿੰਦੇ ਵੀ ਕਈ ਮੈਨੂੰ ਵੀ ਕਹਿਣਗੇ ਗੋਲ ਸਾਹਿਬ ਦੇਸੀ ਘੀ ਖਾਂਦੇ ਤਾਂ ਸਾਡਾ ਜੀ ਕੋਲੈਸਟ੍ਰੋਲ ਵੱਧ ਜਾਂਦਾ, ਇਹ ਮੇਨ ਪ੍ਰੋਬਲਮ ਹੈ, ਯੂਰਿਕ ਐਸਿਡ ਦਾ ਵੀ ਪ੍ਰੋਬਲਮ ਹੈ। ਹੁਣ ਇਹ ਦੇਖੋ ਮਹਾਬਲੀ ਗ੍ਰਹਿਤ, ਅੱਛਾ ਜੀ, ਇਹ ਪਿਓਰ ਗਾਂ ਦਾ ਦੇਸੀ ਘੀ ਹੈ ਔਰ ਇਹਦੇ ਵਿੱਚ ਜੜੀ ਬੂਟੀਆਂ ਪਾ ਕੇ ਇਹ ਬਣਿਆ ਹੋਇਆ, ਔਰ ਮੇਰਾ ਖਿਆਲ ਹੈ ਜੀ 28 ਤਰ੍ਹਾਂ ਦੀਆਂ ਅਲੱਗ ਅਲੱਗ ਜੜੀ ਬੂਟੀਆਂ ਨੇ, ਅਰਜੁਨ ਛਾਲ ਵੀ ਪੈਂਦਾ, ਆਮਲਾ ਵੀ ਪੈਂਦਾ, ਹਰੜ ਬਿਹੜਾ ਸਭ ਚੀਜ਼ ਪੈਂਦੀ ਹੈ। ਇਹ ਜਿਹੜਾ ਘਿਓ ਹੈ ਨਾ ਜੀ, ਇਹ ਇੰਨਾ ਕੁ ਵਧੀਆ ਚੀਜ਼ ਆ ਕਿ ਅਸੀਂ ਕਹਿੰਦੇ ਹਾਂ ਇੱਕ ਚਮਚਾ ਇਹ ਘਿਓ ਅਤੇ ਇੱਕ ਚਮਚਾ ਧਾਗੇ ਵਾਲੀ ਮਿਸ਼ਰੀ ਦਾ ਚੂਰਨ ਬਣਾ ਕੇ ਰੱਖੋ, ਇਹ 'ਚ ਮਿਕਸ ਕਰਕੇ ਖਾਓ, ਅਤੇ ਇਹਦੇ ਨਾਲ ਦਿਮਾਗ ਤੇਜ਼ ਹੁੰਦਾ, ਆਈਸਾਈਟ ਤੇਜ਼ ਹੁੰਦੀ ਆ, ਔਰ ਪੂਰੀ ਬੋਡੀ ਦਾ ਨਰਵ ਸਿਸਟਮ ਠੀਕ ਹੁੰਦਾ। ਇਹ ਚੀਜ਼ਾਂ ਹੁਣ ਪ੍ਰੋਵਾਈਡ ਕਰਦੇ, ਹੁਣ ਲੋਕ ਲੈ ਕੇ ਜਾਂਦੇ ਆ। ਇੱਕ ਨਾ ਮੈਂ ਤੁਹਾਨੂੰ, ਮੈਨੂੰ ਗੱਲਾਂ 'ਚੋਂ ਗੱਲ ਯਾਦ ਆਉਂਦੀ ਆ ਜੱਗੀ ਜੀ, ਹਾਂਜੀ, ਤੁਸੀਂ ਵੀ ਦੇਖਦੇ ਹੋਣੇ ਆ ਕਿ ਜਿਵੇਂ ਨਾ ਇੱਕ ਜੰਗਲ ਦੇ ਵਿੱਚ ਹਿਰਨ ਜਾਂ ਕੋਈ ਵੀ ਜਾਨਵਰ ਛੋਟਾ, ਉਹ ਐ ਡਰਿਆ ਫਿਰਦਾ ਹੁੰਦਾ ਪੂਛ ਜੀ ਵਿੱਚ ਫਸਾ ਕੇ, ਹੈ ਨਾ, ਮੈਨੂੰ ਆਹ ਨਾ ਖਾ ਜੇ, ਸ਼ੇਰ ਤੋਂ ਡਰਦਾ। ਅੱਜ ਦੀ ਡੇਟ 'ਚ ਜਿਹੜਾ ਮਰੀਜ਼ ਆ ਨਾ, ਐ ਡਰਿਆ ਹੋਇਆ, ਇੱਕ ਸਹੀ ਸਲਾਹ ਜਾਂ ਸਹੀ ਟ੍ਰੀਟਮੈਂਟ ਦਾ ਬਹੁਤ ਉਹਨੂੰ ਲੱਭਦਾ ਹੀ ਕੁਛ ਨਹੀਂ, ਉਹ ਡਾਕਟਰ ਤੋਂ ਹੀ ਡਰੀ ਜਾਂਦਾ, ਉਹ ਮਤਲਬ ਕੈਮਿਸਟ ਤੋਂ ਲੈ ਕੇ ਦਵਾਈ ਖੁਸ਼ ਆ ਵੀ ਯਾਰ ਦੇ ਮੇਰਾ ਸਿਰ ਜਾ ਦੁਖਦਾ, ਉਹ ਡਾਕਟਰ ਕੋਲ ਜਾਂਦਾ ਡਰਦਾ ਵੀ ਜੇ ਕਿਤੇ ਮੈਂ ਜਾ ਕੇ ਉਹਨੂੰ ਕਹਿਤਾ ਮੇਰਾ ਢਿੱਡ ਦੁਖਦਾ ਉਹ ਮੇਰੀ ਇੰਡੋਸਕੋਪੀ ਨਾ ਕਰਾ, ਸਹੀ ਗੱਲ ਹੈ, ਮਰੀਜ਼ ਇੰਨਾ ਡਰਿਆ ਹੋਇਆ। ਤੇ ਅੱਗੇ ਕੀ ਹੁੰਦਾ ਸੀ, ਅੱਗੇ ਪਿੰਡਾਂ 'ਚ ਹੁੰਦੇ ਸੀ, ਜਾਂਦੇ ਜਾਂਦੇ ਬੰਦਾ ਸਾਈਕਲ 'ਤੇ ਟੱਲੀ ਮਾਰ ਕੇ ਕਹਿ ਜਾਂਦਾ ਸੀ ਉਹ ਡਾਕਟਰ ਆ ਘਰੇ ਟੀਕਾ ਲਾ ਆਈ ਬੁੜੀ, ਹੁੰਦਾ ਸੀ ਨਾ, ਉਹ ਡਰ ਨਹੀਂ ਸੀ ਹੁੰਦਾ, ਆਪਣੇ ਵਿੱਚੋਂ ਹੁੰਦੇ ਸੀ ਸਾਰੇ, ਹੁਣ ਕੋਈ ਪਤਾ ਨਹੀਂ ਕਿੱਥੋਂ ਕੀ ਹੋ ਜੇ। ਤਾਂ ਇਸ ਕਰਕੇ ਥੋੜ੍ਹਾ ਜਿਹਾ ਅਸੀਂ ਕਵਾਂਗੇ, ਲੋਕਾਂ ਨੂੰ ਅਵੇਅਰ ਕਰਨਾ ਚਾਹਾਂਗੇ ਕਿ ਆਯੁਰਵੈਦਿਕ ਸਿਸਟਮ ਵੱਲ ਜਾ ਕੇ, ਆਯੁਰਵੈਦਿਕ ਦੇ ਜਿਹੜੇ ਡਾਕਟਰ ਤੁਹਾਡੇ ਆਸ ਪਾਸ ਵੀ ਬੈਠੇ ਨੇ, ਤੁਹਾਡੇ ਸ਼ਹਿਰਾਂ 'ਚ ਵੀ ਨੇ, ਤੁਹਾਡੇ ਪਿੰਡਾਂ 'ਚ ਵੀ ਨੇ, ਇਸ ਟਾਈਮ ਤਾਂ ਇੰਨੇ ਬੱਚਿਆਂ ਨੇ BAMS ਆਯੁਰਵੇਦ ਆਚਾਰੀਆ ਦਾ ਕੋਰਸ ਕਰ ਲਿਆ ਹੋਇਆ, ਡਿਗਰੀ ਕਰ ਲਈ ਹੋਈ ਹੈ, ਕਿ ਤੁਹਾਡੇ ਉਹ ਆਸ ਪਾਸ ਬੈਠੇ ਨੇ, ਉਹਨਾਂ ਨੂੰ ਮੌਕਾ ਦਿਓ, ਉਹਨਾਂ ਨੂੰ ਰਿਸਪੈਕਟ ਦਿਓ, ਉਹਨਾਂ ਨੂੰ ਮਿਲੋ, ਜੇ ਬਹੁਤ ਦੂਰ ਨਹੀਂ ਜਾ ਸਕਦੇ, ਜਿਹੜੀ ਤੁਹਾਡੇ ਆਮ ਸ਼ਹਿਰਾਂ ਦੇ ਵਿੱਚ ਆਯੁਰਵੈਦਿਕ ਦੀਆਂ ਡਿਸਪੈਂਸਰੀਆਂ ਖੁੱਲ੍ਹ ਚੁੱਕੀਆਂ। ਦੇਖੋ ਜੀ, ਬਾਹਰਲੇ ਮੁਲਕਾਂ ਦੀ ਗੱਲ ਕਰੀਏ ਤਾਂ ਲੋਕ ਹੁਣ ਜਿਹੜੇ ਆ ਦੁਬਾਰਾ ਆਯੁਰਵੈਦਿਕ ਸਿਧਾਂਤ ਦੇ ਨਾਲ ਜੁੜ ਰਹੇ ਨੇ, ਬਹੁਤ ਵੱਡੇ ਪੱਧਰ ਤੇ, ਬਹੁਤ ਵੱਡੇ ਪੱਧਰ ਤੇ, ਕੱਚੇ ਭਾਂਡੇ ਘਰਾਂ 'ਚ ਆ ਗਏ, ਘੜੇ ਆ ਗਏ ਉੱਥੇ ਬਾਹਰਲੇ ਮੁਲਕਾਂ 'ਚ ਵੀ। ਆਹ ਦੇਖੋ ਤੁਸੀਂ ਸੜਕਾਂ ਦੇ ਉੱਤੇ ਅੱਜ ਕੱਲ੍ਹ ਪਏ ਨੀ ਤਵੇ ਮਿੱਟੀ ਦੇ ਭਾਂਡੇ, ਇਹ ਸਾਰੇ ਬਾਹਰ ਹੀ ਜਾਂਦੇ ਨੇ, ਲੋਕ ਗੱਡੀ ਰੋਕ ਕੇ ਲੈ ਲੈਂਦੇ ਉਹਨਾਂ ਤੋਂ। ਯਾਨੀ ਕਿ ਆਯੁਰਵੇਦ ਦੇ ਨਾਲ ਨਾਲ ਅਗਰ ਆਪਾਂ ਖਾਣ ਪੀਣ ਵੀ ਥੋੜ੍ਹਾ ਸਹੀ ਕਰ ਲਈਏ, ਸਹੀ ਗਾਈਡੈਂਸ, ਸਹੀ ਆਪਾਂ ਨੂੰ ਗਾਈਡ ਕਰਨ ਵਾਲੇ ਲੋਕ ਮਿਲ ਜਾਣ, ਤੇ ਜਿਵੇਂ ਤੁਸੀਂ ਇੰਨੀਆਂ ਕੀਮਤੀ ਗੱਲਾਂ ਸਾਨੂੰ ਦੱਸ ਰਹੇ ਹੋ,
ਔਰ ਬੜਾ ਕੁਛ ਸਾਨੂੰ ਖੁਦ ਸਿੱਖਣ ਨੂੰ ਮਿਲ ਰਿਹਾ, ਕਿਉਂਕਿ ਸਾਰਾ ਕੁਛ ਮੈਂ ਦੇਖ ਰਹੀ ਕਿ ਸਾਡੀ ਰਸੋਈ 'ਚ ਹੀ ਹੁੰਦਾ, ਸਾਡੇ ਘਰ 'ਚ ਹੀ ਹੁੰਦਾ, ਸਿਰਫ ਸਾਨੂੰ ਹੁੰਦੀ ਹੈ ਕਿ ਜਿਵੇਂ ਮਾਵਾਂ ਦਾਦੀਆਂ ਸਾਨੂੰ ਗਾਈਡ ਕਰਦੀਆਂ ਸੀ ਨਾ, ਇਸ ਤਰ੍ਹਾਂ ਮੈਨੂੰ ਲੱਗਦਾ ਤੁਸੀਂ ਤੇ ਸਾਰੇ ਗਾਈਡ ਕਰ ਰਹੇ ਹੋ, ਮਾਂ ਵੀ ਹੋ, ਦਾਦੀ ਵੀ ਹੋ, ਨਾਨੀ ਵੀ ਹੋ, ਸਾਰਾ ਕੁਛ ਹੀ ਹੋ। ਅਸੀਂ ਪਿੱਛੇ ਜੇ ਦੱਸਿਆ, ਲੋਕੀ ਕਹਿੰਦੇ ਜੀ ਮੋਟਾਪਾ ਵਧੀ ਜਾਂਦਾ, ਫੈਟ ਕੀ ਕਰੀਏ, ਮੈਂ ਕਿਹਾ ਵੀ ਦਵਾਈਆਂ ਤਾਂ ਜਦ ਮਰਜ਼ੀ ਖਾ ਲਿਓ, ਉਹ ਤਾਂ ਤੁਹਾਡਾ ਜਨਮ ਸਿੱਧ ਅਧਿਕਾਰ ਹੈ ਦਵਾਈ ਖਾਣਾ ਤਾਂ, ਪਰ ਇੱਕ ਤੁਹਾਡੇ ਰਸੋਈ ਦੇ ਵਿੱਚ ਸੈੱਟ ਕਰੋ ਜੀ। ਰਸੋਈ ਦੇ ਵਿੱਚ ਕੀ ਕਰਨਾ, ਜੀਰਾ, ਅਜਵਾਇਣ ਤੇ ਸੌਂਫ, ਬਹੁਤ ਜੀ ਤਿੰਨ ਚੀਜ਼ਾਂ, ਚੌਥੀ ਚੀਜ਼ ਨਾ ਮਿਲਾਇਓ, ਆਪਦੀ ਕਲਾਕਾਰੀ ਨਹੀਂ ਕਰਨੀ ਆਪਾਂ ਨੇ। ਜੀਰਾ, ਅਜਵਾਇਣ ਤੇ ਸੌਂਫ ਤਿੰਨ ਚੀਜ਼ਾਂ ਪਾ ਕੇ ਤੁਸੀਂ ਇਹਨਾਂ ਨੂੰ ਤਵੇ ਤੇ ਰੋਸਟ ਕਰ ਲਓ, ਤਵੇ ਤੇ ਭੁੰਨ ਕੇ ਇਹਨਾਂ ਦਾ ਚੂਰਨ ਬਣਾ ਕੇ ਰੱਖ ਲਓ। ਰੋਟੀ ਖਾਣ ਤੋਂ ਬਾਅਦ ਅੱਧਾ ਪੌਣਾ ਚਮਚਾ ਜ਼ਰੂਰ ਖਾਇਆ ਕਰੋ, ਉਹਦੇ ਨਾਲ ਕੀ ਹੈ ਕਿ ਨਾਲ ਤਾਂ ਬਾਡੀ ਵੇਟ, ਮਤਲਬ 2-3 ਸਾਲ ਤੋਂ ਬਾਅਦ ਬੰਦਾ ਕਹਿੰਦਾ ਵੀ ਯਾਰ ਕਮਾਲ ਹੈ, ਨਾ ਸਾਹ ਚੜ੍ਹਦਾ, 10 ਪੌੜੀਆਂ ਚੜ੍ਹ ਗਏ, ਨਾ ਕੋਈ ਹੋਰ ਪ੍ਰੋਬਲਮ, ਭੱਜ ਨੱਠ ਪ੍ਰੋਬਲਮ, ਕੋਈ ਦਿੱਕਤ ਨਹੀਂ। ਇਹ ਗੱਲ ਨਾ ਜੱਗੀ ਜੀ ਬਿਲਕੁਲ ਸਹੀ ਹੈ, ਕਿਉਂਕਿ ਮੇਰਾ 2016 'ਚ ਨਾ ਪਿੱਤੇ ਦਾ ਆਪਰੇਸ਼ਨ ਹੋਇਆ ਸੀ, ਤੇ ਜੀ ਉਹ ਪ੍ਰੋਬਲਮ ਆ ਗਈ ਕਿ ਫਿਰ ਹੁਣ ਕੋਈ ਚੀਜ਼ ਪਚ ਨਹੀਂ ਰਹੀ, ਵੀ ਥੋੜ੍ਹਾ ਕਰਦੇ, ਪਰ ਮੈਂ ਤੁਹਾਨੂੰ ਦੱਸਿਆ ਇਹ ਨੁਸਖਾ ਮੈਂ ਖੁਦ ਅਪਣਾਇਆ ਹੋਇਆ। ਮੈਂ ਸਾਰਿਆਂ ਨੂੰ ਕਹਿਣਾ ਚਾਹਾਂਗੀ ਕਿ ਬਿਲਕੁਲ ਰਿਐਲਿਟੀ ਆ, ਅੱਜ ਜੇ ਮੈਂ ਫਿੱਟ ਆ, ਤੁਸੀਂ ਕਹਿ ਰਹੇ ਸੀ ਰਾਖੀ ਜੀ ਮਤਲਬ ਉਵੇਂ ਜਿਵੇਂ 2 ਸਾਲ ਪਹਿਲਾਂ ਮਿਲੇ ਸੀ, ਇਹ ਬਿਲਕੁਲ ਰਿਐਲਿਟੀ ਆ। ਬੈਸਟ ਨੁਸਖੇ, ਬੈਸਟ ਨੁਸਖੇ ਨੇ, ਸਿਰਫ ਅਮਲ ਕਰਨ ਦੀ ਲੋੜ ਆ, ਅਮਲ ਨਹੀਂ ਕਰਦੇ, ਅਸੀਂ ਚਾਹੁੰਦੇ ਕਿ ਸਾਨੂੰ ਬਣਿਆ ਬਣਾਇਆ ਚੀਜ਼ ਮਿਲ ਜੇ, ਪੱਤਾ ਵੇ ਤੇ ਪਾ ਕੇ ਭੁੰਨੇ ਨਾ ਪੈਣ। ਮੈਂ ਉਸ ਤੋਂ ਬਾਅਦ ਮਤਲਬ ਵੀ ਕੋਈ ਦਵਾਈ ਨਹੀਂ, ਮੈਨੂੰ ਮੰਗਦੇ ਨੇ ਜੀ ਬਣੇ ਬਣਾਏ, ਮੈਂ ਨਹੀਂ ਦਿੰਦਾ, ਮੈਂ ਕਹਿੰਦਾ ਆਪ ਬਣਾਓ, ਆਪ ਖਾ ਕਰੋ, ਤੇ ਇੰਨਾ ਕੁ ਕੰਮ ਤੇ ਕਰ ਲਓ ਨਾ। ਔਰ ਇਹਨਾਂ ਨੇ ਕੀ ਕਰਿਆ, ਪਹਿਲਾਂ ਤਾਂ ਆਪਦੀ ਰਸੋਈ ਨੂੰ ਕਿਚਨ ਬਣਾਇਆ, ਉਹ ਜਦੋਂ ਦੀ ਉਹ ਕਿਚਨ ਬਣਾਈ ਆ ਉਦੋਂ ਦੀ ਕਿਚ 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 ਘਰ ਮਕਾਨ ਬਣ ਗਏ, ਜਦੋਂ ਦੀ ਰਸੋਈ ਤੇ ਘਰ ਮਕਾਨ ਬਣ ਗਏ ਤੇ ਦੁਕਾਨਾਂ ਦੇ ਮਾਲ ਬਣ ਗਏ, ਕਿਉਂਕਿ ਉਦੋਂ ਤਾਂ ਮਤਲਬ ਸਾਰਾ ਕੁਝ ਮਸਾਲੇ ਵੀ ਘਰੇ ਕੁੱਟਦੇ ਸੀ, ਡੰਡੇ ਕੁੰਡਿਆਂ ਚ ਕੁੱਟਦੇ ਸੀ, ਦੌਰੀ ਹੁੰਦੀ ਸੀ, ਹਨਾ, ਹੁਣ ਮਿਕਸੀ ਚ ਵੀ ਕਹਿ ਦਿੰਦੇ ਨੇ। ਹੁਣ ਜਿਹੜਾ ਯੂਥ ਹੈ ਉਹ ਪ੍ਰੋਗਰਾਮ ਦੇਖ ਰਿਹਾ ਹੋਣਾ, ਉਹਨੇ ਕਹਿਣਾ ਯਾਰ ਇਹ ਕੀ ਬੁੜਿਆਂ ਵਾਲੀਆਂ ਗੱਲਾਂ ਕਰੀ ਜਾਂਦੇ, ਪਰ ਗੱਲ ਇਹ ਹੈ ਵੀ ਜਿਹੜੀ ਜਿਹੜੀ ਬੁੜਿਆਂ ਵਾਲੀ ਗੱਲ ਹੈ ਨਾ ਜੀ, ਗੱਲ ਉਹੀ ਆ ਅਸਲੀ, ਯੂਰਿਕ ਐਸਿਡ ਦਾ ਸਵਾਲ ਬਾਅਦ ਚ, ਜਵਾਬ ਪਹਿਲਾਂ ਦੇ ਗਿਆ ਮੈਂ, ਗੰਨੇ ਦਾ ਰਸ, ਅੱਛਾ ਕਿਆ ਬਾਤ, ਬਿਨਾਂ ਨਿੰਬੂ ਪਾਏ, ਬਿਨਾਂ ਅਦਰਕ ਪਾਏ, ਬਿਨਾਂ ਪੁਦੀਨਾ ਧਨੀਆ ਪਾਏ, ਪਲੇਨ ਗੰਨੇ ਦਾ ਰਸ ਤੇ ਵਿੱਚ ਜਿਹੜਾ ਕਾਲਾ ਲੂਣ ਵੀ ਪਾ ਕੇ ਦੇ ਦਿੰਦੇ ਨੇ, ਗਲਤ ਕੰਮ, ਉਹ ਵੀ ਨਹੀਂ, ਕੁਝ ਨਹੀਂ ਪਾਉਣਾ, ਉਹ ਨਹੀਂ ਪਾਉਣਾ, ਗਲਤ ਕੰਮ। ਕਿਸੇ ਚੀਜ਼ ਵਿੱਚ ਵੀ ਜੇ ਲੂਣ ਵਿੱਚ ਪਾਉਣਾ ਹੁੰਦਾ, ਰੱਬ ਉਹਨੂੰ ਮਿੱਠਾ, ਮਿੱਠੇ ਦੀ ਜਗ੍ਹਾ ਨਮਕੀਨ ਬਣਾ ਦਿੰਦਾ, ਉਹਨੂੰ ਕਿਹੜਾ ਬਣਾਉਣਾ ਨਹੀਂ ਆਉਂਦਾ। ਸਹੀ ਗੱਲ, ਜਦ ਉਹਨੇ ਨਿੰਬੂ ਦੇਖਿਆ ਆਪਾਂ ਜੂਸ ਪੀਂਦੇ ਹਾਂ ਤਾਂ ਨਮਕ ਪਾ ਦਿੰਦੇ ਨੇ, ਨਹੀਂ ਜਦ ਬੰਦਾ ਖੜਾ ਕਰੂਗਾ ਅਮਰੂਦ ਖਰੀਦੂਗਾ, ਉਹਨੂੰ ਕਹੂਗਾ ਮਿੱਠੇ ਨੇ, ਜੇ ਨਾ ਮਿੱਠਾ ਨਿਕਲਿਆ ਸਿਰ ਚ ਮਾਰੂਗੇ, ਜਾ ਕੇ ਘਰੇ ਜਾ ਕੇ ਉਹਨਾਂ ਨੂੰ ਕੱਟ ਕੇ ਲੂਣ ਲਾਈ ਜਾਂਦਾ, ਆਪ ਲੂਣ ਲਾਈ ਖਾਈ ਜਾਂਦਾ, ਮਤਲਬ ਇਹ ਜਿਹੜੀ ਚੀਜ਼ ਹੈ ਨਾ ਜੋ ਕੁਦਰਤ ਨੇ ਦਿੱਤੀ, ਉਹਨੂੰ ਕੁਦਰਤ ਦੇ ਤਰੀਕੇ ਨਾਲ ਲਿਆ ਜਾਵੇ ਤਾਂ ਉਹਦੇ ਵਿੱਚ ਆਪਦੀ ਉਹ ਇੱਕ ਜਾਨ ਆ, ਆਪਦੀ ਉਹ ਇੱਕ ਸ਼ਾਨ ਆ। ਬਹੁਤ ਵਧੀਆ ਗੱਲ ਹੈ ਜੀ, ਸਾਡੇ ਵੱਲੋਂ ਤਾਂ ਇਹੀ ਦੁਆ ਹੈ ਕਿ ਸਾਰੇ ਤੰਦਰੁਸਤ ਰਹਿਣ ਜੀ, ਔਰ ਪਰ ਸਾਨੂੰ ਵੀ ਇਦਾਂ ਲੱਗਦਾ ਕਿ ਇੱਕ ਬਹੁਤ ਸਾਰੀਆਂ ਚੀਜ਼ਾਂ ਅਸੀਂ ਸਿੱਖ ਰਹੇ ਹਾਂ ਹਾਲੇ। ਮੈਂ ਕਿਹਾ ਜੱਗੀ ਜੀ ਨੂੰ ਕਹਿ ਰਹੀ ਸੀ, ਮੈਂ ਕਿਹਾ ਮੈਨੂੰ ਤਾਂ ਹੁਣ ਐਂ ਲੱਗਦਾ ਕਿ ਜਿਵੇਂ ਮੈਂ ਬਹੁਤ ਸਾਲ 26-27 ਸਾਲ ਹੋ ਗਏ ਗਾਉਂਦਿਆਂ ਨੂੰ, ਕੰਮ ਕਰਦਿਆਂ ਨੂੰ, ਅਸੀਂ ਇਕੱਠਿਆਂ ਨੇ ਵੀ ਬਹੁਤ ਕੰਮ ਕੀਤਾ, ਪਰ ਮੈਨੂੰ ਇੱਦਾਂ ਲੱਗਦਾ ਵੀ ਜੇ ਅੱਜ ਮੈਂ ਫਿੱਟ ਆ ਤੰਦਰੁਸਤ ਆ ਨਾ, ਮੈਨੂੰ ਲੱਗ ਰਿਹਾ ਕਿ ਮੈਂ ਅੱਜ ਜੀਣਾ ਸ਼ੁਰੂ ਕੀਤਾ। ਇਹ ਰਿਐਲਿਟੀ ਆ, ਸਿਰਫ ਇਸ ਲਈ ਨਹੀਂ ਤੰਦਰੁਸਤੀ ਅੱਜ ਜੀ ਰਹੇ, ਅੱਜ ਸਿੱਖ ਰਹੇ ਆ। ਮੈਡਮ ਫੜੋ ਹੱਥ 'ਚ ਇੱਕ ਚੀਜ਼, ਤੁਹਾਨੂੰ ਮੈਂ ਦੱਸਦਾ, ਇਹਨੂੰ ਤੁਸੀਂ ਪੜ੍ਹਿਓ ਤਾਂ ਕੀ ਲਿਖਿਆ ਮੈਂ, ਐਕਸਟਰਾ ਵਰਜਨ ਆਇਲ, ਓਲੀਵ ਆਇਲ, ਜੈਤੂਨ ਦਾ ਐਕਸਟਰਾ ਵਰਜਨ ਅਸਲੀ ਓਲੀਵ ਆਇਲ ਆ, ਬੱਚਿਆਂ ਦੀਆਂ ਹੱਡੀਆਂ ਨੂੰ ਤਾਕਤ,
ਬੱਚਿਆਂ ਦੀਆਂ ਹੱਡੀਆਂ ਮਜ਼ਬੂਤ, ਫੇਫੜੇ ਮਜ਼ਬੂਤ, ਲੰਗਸ ਨੂੰ ਤਾਕਤ, ਮਤਲਬ ਵੱਡਿਆਂ ਨੂੰ ਤਾਂ ਦੇਣੀ ਹੁੰਦੀ ਮਾਲਿਸ਼ ਵਾਸਤੇ ਜੀ ਨਾ ਜੀ ਨਾ ਇਹ ਖਾਣ ਵਾਸਤੇ, ਇਹਦਾ ਇੱਕ ਚਮਚਾ ਦੁੱਧ 'ਚ ਪਾ ਕੇ ਪੀਣ ਦੀ ਆਦਤ ਪਾ ਦਿਓ ਆਪਦੇ ਬੱਚੇ ਨੂੰ, ਜੇ ਕਿਤੇ ਉਹਨੂੰ ਇਹ ਆਦਤ ਪੈ ਗਈ ਫਿਰ ਉਹਨੂੰ ਕਿੱਥੇ ਮਰਜ਼ੀ ਦੌੜਾ ਲਿਓ। ਮਿਲਖਾ ਸਿੰਘ ਦੀ ਮਿਸਾਲ ਦਊਗਾ ਉਹ, ਇਹ ਉਹ ਚੀਜ਼ ਆ ਜਿਵੇਂ ਸਾਡੇ ਮੇਰਾ ਤੀਜੀ ਮੰਜ਼ਿਲ 'ਤੇ ਕਲੀਨਿਕ ਹੈ ਜੀ, ਚਾਰ ਵਾਰ ਮੈਂ ਉਤਰਦਾ, ਰੋਜ਼ ਚਾਰ ਵਾਰ ਚੜ੍ਹਦਾ ਉੱਥੇ, ਮਤਲਬ ਇਸ ਉਮਰ ਦੇ ਵਿੱਚ ਬੰਦਾ ਇੱਕ ਵਾਰੀ ਪੌੜੀ ਚੜ੍ਹ ਕੇ ਮੁੜ ਕੇ ਨਹੀਂ ਜਾਂਦਾ, ਅਤੇ ਮਤਲਬ ਇਹ ਇਹਨਾਂ ਚੀਜ਼ਾਂ ਦਾ ਕਮਾਲ ਆ। ਇੱਕ ਅਸੀਂ ਦਿੰਦੇ ਹਾਂ ਇਹ ਗੋਲਡਨ ਐਨਰਜੀ, ਇਹਦਾ ਅਸੀਂ ਨਾਂ ਹੀ ਰੱਖਤਾ ਗੋਲਡਨ, ਵੀ ਸੋਨੇ ਵਰਗੀ ਐਨਰਜੀ, ਔਰ ਇਹ 'ਚ ਸੋਨੇ ਦੇ ਵਰਕ ਪੈਂਦੇ ਆ, ਔਰ ਇਹ ਤਾਂ ਜਦੋਂ ਬੰਦਾ ਇੱਕ ਚਮਚਾ ਖਾਂਦਾ, ਪੂਰੀ ਧੁੰਦ ਪੈਂਦੀ ਹੋਵੇ, ਠੰਡ ਪੈਂਦੀ ਹੋਵੇ, ਇਹਨੇ ਅੰਦਰ ਚੰਗਿਆੜਾ ਲਾ ਦੇਣਾ, ਇੰਨੀ ਵਧੀਆ ਚੀਜ਼ ਆ। ਔਰ ਫਿਰ ਇਹਨੂੰ ਤੁਸੀਂ ਗਰਮੀ 'ਚ ਵੀ ਖਾ ਸਕਦੇ ਹੋ, ਸਰਦੀ 'ਚ ਵੀ ਖਾ ਸਕਦੇ ਹੋ, ਇਹਨੇ ਤੁਹਾਡੀ ਬੋਡੀ ਦੇ ਵਿੱਚ ਹਰ ਤੱਤ ਨੂੰ ਪੂਰਤੀ ਦੇਣੀ ਹੈ। ਜੇ ਤੁਸੀਂ ਗੱਲ ਐਨਰਜੀ ਦੀ ਕਰਦੇ ਹੋ ਤਾਂ ਇੱਕ ਐਕਸਟਰਾ ਵਰਜਨ ਤੇਲ, ਓਲਿਵ ਆਇਲ, ਅਤੇ ਇੱਕ ਇਹ ਗੋਲਡਨ ਐਨਰਜੀ ਜਿਹੜਾ ਅਵਲੇ, ਬਿਲਕੁਲ ਬਿਲਕੁਲ, ਸਾਰਿਆਂ ਨੂੰ ਰੱਖਣਾ ਚਾਹੀਦਾ, ਕਿਉਂਕਿ ਆਪਾਂ ਵੀ ਗੱਡੀਆਂ 'ਚ ਰਹਿੰਦੇ ਹਾਂ ਅਤੇ ਸਾਰੀ। ਇੱਕ ਗੱਲ ਮੈਨੂੰ ਤੁਹਾਡੀ ਮੈਡਮ ਬਹੁਤ ਵਧੀਆ ਲੱਗੀ, ਇਹ ਮੈਸੇਜ ਮੈਨੂੰ ਉਮੀਦ ਆ ਕਿ ਸਾਰੇ ਲੋਕਾਂ ਨੂੰ ਮਿਲਣਾ ਚਾਹੀਦਾ। ਤੁਸੀਂ ਵਿੱਚ ਦੀ ਇੱਕ ਗੱਲ ਕੀਤੀ ਸੀ ਕਿ ਮੇਰੇ ਪਿੱਤੇ ਦਾ ਆਪਰੇਸ਼ਨ ਹੋਇਆ ਅਤੇ ਮੈਂ ਜੀਰਾ, ਅਜਵਾਇਣ ਅਤੇ ਸੌਂਫ, ਮੈਂ ਸਾਰਿਆਂ ਨੂੰ ਇਹ ਰਿਕੁਐਸਟ ਕਰਦਾ ਜਦੋਂ ਵੀ ਕੋਈ ਪਿੱਤੇ ਦਾ ਆਪਰੇਸ਼ਨ ਹੁੰਦਾ, ਕਿਉਂਕਿ ਪਿੱਤੇ ਦਾ ਆਪਰੇਸ਼ਨ ਹੀ ਹੁੰਦਾ, ਇਹਦਾ ਕੋਈ ਇਲਾਜ ਨਹੀਂ ਹੁੰਦਾ ਪੱਥਰੀ ਦਾ, ਪਰ ਆਪਰੇਸ਼ਨ ਹੋਣ ਤੋਂ ਬਾਅਦ ਗੈਸਟ੍ਰਿਕ ਪ੍ਰੋਬਲਮ ਸਟਾਰਟ ਹੁੰਦੀ ਹੈ, ਤਾਂ ਪਹਿਲਾਂ ਹੀ ਤੁਸੀਂ ਆਪਰੇਸ਼ਨ ਹੋਣ ਤੋਂ ਮਹੀਨਾ ਪਹਿਲਾਂ, ਪਤਾ ਤਾਂ ਲੱਗ ਹੀ ਜਾਂਦਾ ਆਪਰੇਸ਼ਨ ਕਰਾਉਣਾ, ਮਹੀਨਾ ਪਹਿਲਾਂ ਹੀ ਜੀਰਾ, ਸੌਂਫ ਅਤੇ ਅਜਵਾਇਣ ਦਾ ਪਾਊਡਰ ਬਣਾ ਕੇ ਰੱਖੋ ਔਰ ਇਹਨੂੰ ਉਮਰ ਭਰ ਖਾਈ ਜਾਏ, ਤੁਹਾਨੂੰ ਮਾੜੀਆਂ ਮੋਟੀਆਂ ਦਿੱਕਤਾਂ ਕਦੇ ਵੀ ਨਹੀਂ। ਮੈਂ ਸੱਚੀ ਗੱਲ ਹੈ, ਮੇਰਾ ਪਰਸਨਲ ਐਕਸਪੀਰੀਅੰਸ ਹੈ ਜੱਗੀ ਜੀ, ਕਿ ਜਦੋਂ ਮਿਰਜ਼ਾ ਸ਼ੂਟ ਹੋਇਆ ਸੀ ਨਾ, ਉਦੋਂ ਮੈਂ 85 kg ਸੀ, ਜੇ ਤੁਸੀਂ ਕਿਤੇ ਗਾਣੇ 'ਚ ਚਲੋ ਕੱਪੜੇ ਲੀੜਿਆਂ 'ਚ ਪਤਾ ਨਹੀਂ ਲੱਗਦਾ, ਤੋ ਜਦੋਂ ਮੇਰਾ ਆਪਰੇਸ਼ਨ ਹੋਇਆ ਫਿਰ ਜਦੋਂ ਮੈਂ ਉਹ ਚੀਜ਼ਾਂ ਨੂੰ ਫੋਲੋ ਕੀਤਾ ਕਿ ਨਹੀਂ ਮੇਨਟੇਨ ਰੱਖਣਾ, ਅਤੇ ਮੈਨੂੰ ਪਤਾ ਲੱਗਿਆ ਮੈਨੂੰ ਕਦੇ ਵੀ ਕੋਈ ਗੈਸਟ੍ਰਿਕ ਦੀ ਪ੍ਰੋਬਲਮ ਨਹੀਂ ਹੋਈ, ਮੇਨਟੇਨ ਕਰ ਲਿਆ ਹੈ ਨਾ, ਅਤੇ ਇਹ ਮੈਨੂੰ ਲੱਗਦਾ ਵੀ ਅਗਰ ਨਾਲ ਦੀ ਨਾਲ ਹੀ ਜਿਵੇਂ ਮੈਂ ਦੱਸਿਆ ਕਿ ਆਪਾਂ ਆਪਣੇ ਆਪ ਨੂੰ ਸਮਝ ਲੈਂਦੇ ਹਾਂ ਆਪਣੇ ਆਪ ਨੂੰ, ਅਤੇ ਇਹ ਚੀਜ਼ ਗਾਂ ਫਿਰ ਆਪਾਂ ਨੂੰ ਮਾਹੌਲ ਬਣਾਓ, ਅਸੀਂ ਤੁਹਾਡਾ ਮਿਰਜ਼ਾ ਜ਼ਰੂਰ ਸੁਣਾਂਗੇ। ਜੱਟਾ ਕਦੀ ਨਾ ਆਇਓ ਕੰਮ, ਜੇ ਤੂੰ ਚੱਲਿਆ ਭੁੱਖਾ ਰਿਜਕ ਦਾ, ਮੇਰੀਆਂ ਕੋਠੀਆਂ ਲੈ ਆ ਪੰਨ, ਜੇ ਤੂੰ ਚੱਲਿਆ ਏ ਦੁੱਧ ਪੀਣ ਨੂੰ, ਦੇਵਾਂ ਬੂਰੀਆਂ ਕਿੱਲੇ ਤੇ ਬੰਨ, ਜੇ ਤੂੰ ਚੱਲਿਆ ਵਿਆਹ ਕਰਵਾਉਣ ਨੂੰ, ਮੇਰੇ ਪੇਕੀ ਲੈ ਚੱਲ ਜਾਨ, ਚੱਲਿਆ ਵਿਆਹ ਕਰਵਾਉਣ ਨੂੰ, ਕਰਵਾਉਣ ਨੂੰ, ਮੇਰੇ ਪੇਕੀ ਲੈ ਚੱਲ ਜਾਨ। ਮਿਰਜ਼ਾ ਮਰਨ ਲੱਗਾ ਉਨਾ ਔਖਾ ਨਹੀਂ ਹੋਇਆ ਹੋਣਾ ਜਿੰਨਾ ਕਲਾਕਾਰਾਂ ਨੂੰ ਗਾਉਣ ਵੇਲੇ ਔਖਾ ਕਰ ਗਿਆ। ਅੱਜ ਮੌਕੇ ਤੇ ਪਹੁੰਚ ਗਏ ਨੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਇੱਥੇ ਸ਼ੋਅ ਦੇ ਵਿੱਚ, ਸੁਭਾਸ਼ ਗੋਇਲ ਹੈਲਥ ਸ਼ੋਅ ਦੇ ਵਿੱਚ ਤੁਸੀਂ ਆਏ, ਰੌਣਕ ਵਧਾਈ। ਪਬਲਿਕ ਜਿਹੜੀ ਤੁਹਾਡੇ ਨਾਲ ਜੁੜੀ ਹੋਈ ਆ, ਸਾਡੇ ਨਾਲ ਜੁੜੀ ਹੋਈ ਆ, ਉਹਨਾਂ ਨੂੰ ਵੀ ਆਪਾਂ ਨੇ ਕੁਛ ਚੰਗੀਆਂ ਜਾਣਕਾਰੀਆਂ ਦੇਣ ਦੇ ਵਿੱਚ ਸਹਿਯੋਗ ਕੀਤਾ, ਔਰ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਔਰ ਜਿੰਨੇ ਦਰਸ਼ਕਾਂ ਨੇ ਇੰਨੇ ਪਿਆਰ ਨਾਲ ਦੇਖਿਆ, ਸਾਰਿਆਂ ਨੂੰ ਬਹੁਤ ਹੀ ਸਤਿਕਾਰ ਭਰੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਨਮਸਕਾਰ।